हाँ जी सारिआं नूं प्यार भरी सति श्री अकाल जी। दोस्तों थोड़े दिन पहले एक वीडियो पाई सी, एक पंजाबी भरा अपना सब्जी बेचता सीगा, बहुत सारा तुसीं वधिया प्यार दिता उहनूं। तां अज एक तुहाडे नाल घटना सांझी करनी है। जलंधर दे असीं फोकल पॉइंट दे कोल पहुंचे हाँ, जिथे एक अपना पंजाबी भरा इत्थे घर तों जदों सब्जी तोड़दा सी मंडी च लै के जांदा सी तां उहनूं घट मुल मिलदा सीगा। तां जदों उह इत्थे आ के उहदे मन दे विच विचार आया कि वी मैं मंडी जाण दी बजाय जे उहनूं घट रेट मिलदा आ तां सीधा जा के आपां वेच दईए। तां इत्थे जदों इह वेचण आउंदा आ तां इहनूं बहुत सारे प्रवासी इकट्ठे हो के इस नौजवान नूं धमकियां दिंदे ने। पहलां तां तुहानूं दिखा दईए कि प्रवासी जिहड़े लोक वेचदे ने उस तों कितें घट रेट दे विच वीर आ अपना पंजाबी भरा आ इह सब्जी वेचदा इत्थे हदवाणे, तुसीं देख सकदे हो फ्रैश सब्जी आ सारी। तां बहुत सारे लोक इत्थे आ भरा आ अपना पंजाबी भरा इस तों खरीदण वी आ रहे ने। पर दूजे पासे जिहड़े प्रवासी ने ਉਹ ਕੁਝ ਦਿਨ ਪਹਿਲਾਂ ਇੱਥੇ ਆਪਣੇ ਪੰਜਾਬੀ ਭਰਾ ਨੂੰ ਧਮਕਾਉਂਦੇ ਨੇ, ਧਮਕੀ ਦਿੰਦੇ ਨੇ ਕਿ ਇੱਥੋਂ ਪੰਜਾਬੀ ਭਰਾ ਨੂੰ ਜਿਹੜਾ ਆਪਣਾ ਜਿਹੜਾ ਤੁਸੀਂ ਭਰਾ ਦੇਖਦੇ ਹੋ ਉਹਨੂੰ ਧਮਕੀ ਦਿੰਦੇ ਨੇ ਕਿ ਕਹਿੰਦੇ ਇੱਥੋਂ ਚਲਿਆ ਜਾ ਨਹੀਂ ਤਾਂ ਤੇਰੀ ਅਸੀਂ ਟਰਾਲੀ ਫੂਕ ਦੇਵਾਂਗੇ। ਪੰਜਾਬੀ ਭਰਾ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ, ਪਹਿਲਾਂ ਤਾਂ ਤਸਵੀਰਾਂ ਤੁਸੀਂ ਦੇਖੋ ਕਿ ਇਸ ਤਰੀਕੇ ਦੇ ਨਾਲ ਰੇਟ ਵੀ ਬਹੁਤ ਘੱਟ ਆ। ਆਮ ਜਿਹੜਾ ਸਬਜ਼ੀ ਮੰਡੀ ਦੇ ਵਿੱਚ ਜਿਹੜਾ ਸਬਜ਼ੀਆਂ ਦਾ ਰੇਟ ਹੁੰਦਾ ਆ ਉਸ ਤੋਂ ਘੱਟ ਆ, ਤਾਂ ਸਬਜ਼ੀ ਵੀ ਇਹ ਭਰਾ ਦੀ ਆਪਣੇ ਦੀ ਫਰੈਸ਼ ਆ। ਅਤੇ ਬਹੁਤ ਸਾਰੇ ਪ੍ਰਵਾਸੀ ਇੱਥੇ ਇਕੱਠੇ ਹੋ ਕੇ ਇਸ ਭਰਾ ਨੂੰ ਧਮਕੀ ਦਿੰਦੇ ਨੇ, ਕਹਿੰਦੇ ਨੇ ਕਿ ਇੱਥੋਂ ਚਲਿਆ ਜਾ, ਬਹੁਤ ਸਾਰੀਆਂ ਕਿ ਤੇਰੀ ਇੱਥੋਂ ਅਸੀਂ ਟਰਾਲੀ ਗਾਇਬ ਕਰ ਦਾਂਗੇ। ਬਹੁਤ ਸਾਰੇ ਇਕੱਠੇ ਹੋ ਕੇ ਆ ਜਾਂਦੇ ਨੇ। ਤਾਂ ਅੱਜ ਵੀਰ ਇਹ ਕਿਸਾਨ ਜਥੇਬੰਦੀਆਂ ਦਾ ਸਹਾਰਾ ਲੈ ਕੇ ਅੱਜ ਇੱਥੇ ਫਿਰ ਜਲੰਧਰ ਦੇ ਫੋਕਲ ਪੁਆਇੰਟ ਦੇ ਕੋਲ ਜਿਹੜਾ ਆਪਣੀ ਸਬਜ਼ੀ ਵੇਚਣ ਆਇਆ ਹੋਇਆ ਹੈ। ਅਤੇ ਖਾਸ ਤੌਰ 'ਤੇ ਭਾਜੀ ਹੁਣਾਂ ਨੇ ਸਾਡੇ ਨਾਲ ਵੀ ਕੰਟੈਕਟ ਕੀਤਾ ਕਿ ਲੋਕਾਂ ਤੱਕ ਸਾਡੀ ਗੱਲ ਜ਼ਰੂਰ ਪਹੁੰਚਾ ਦਿਓ ਇਹ, ਤਾਂ ਜੋ ਜਿਹੜੇ ਪ੍ਰਵਾਸੀ ਜਿਹੜੇ ਦਬਦਬਾ ਪਾਉਂਦੇ ਨੇ ਪੰਜਾਬੀਆਂ 'ਤੇ ਉਹ ਨਾ ਪਾਉਣ। ਅਤੇ ਆਪਣੇ ਭਰਾ ਦੇ ਨਾਲ ਭਾਜੀ ਨਾਲ ਵੀ ਗੱਲ ਕਰਦੇ ਹਾਂ। ਭਾਜੀ ਇਸ ਸਾਈਡ ਆ ਜਾਓ, ਨਾਲ ਆਪਾਂ ਗਾਹਕ ਵੀ ਦਿਖਾ ਦਿੰਦੇ ਹਾਂ ਜਿਹੜੇ ਆਉਂਦੇ ਹੈ ਨਾ ਤੁਹਾਡੇ ਕੋਲ। ਕੀ ਨਾਮ ਭਾਜੀ ਤੁਹਾਡਾ? ਮੇਰਾ ਭਾਈ ਸੰਤੇਸ਼ ਸਿੰਘ। ਅੱਛਾ ਅੱਛਾ ਜੀ, ਹਾਂਜੀ ਭਾਜੀ। ਭਾਜੀ ਕੀ ਗੱਲਬਾਤ ਕੀ ਹੋਈ ਤੁਹਾਡੇ ਨਾਲ ਜਿਹੜਾ ਤੁਸੀਂ ਦੱਸਦੇ ਹੋ ਕਿ ਪ੍ਰਵਾਸੀਆਂ ਨੇ ਤੁਹਾਡੇ 'ਤੇ ਦਬਦਬਾ ਪਾਤਾ? ਇਹ ਭਾਜੀ ਥੱਲੇ ਆ ਜਾਓ ਭਾਜੀ ਜੀ। ਅਸੀਂ ਭਾਜੀ ਸਬਜ਼ੀ ਵੇਚਦੇ ਹਾਂ ਸਹੀ ਭਾਅ, ਸਸਤੀ ਜੀ। ਉੱਚੀ ਬੋਲਿਓ ਭਾਜੀ ਥੋੜ੍ਹਾ। ਹਾਂਜੀ, ਅਤੇ ਇਹ ਸਾਨੂੰ ਭਾਜੀ ਕਹਿੰਦੇ ਆ ਵੀ ਸਸਤੀ ਕਾਹਦੇ ਵੇਚਦੇ ਹਾਂ, ਅਤੇ ਤਾਂ ਸਾਨੂੰ ਰੋਜ਼ ਧਮਕਾਉਂਦੇ ਆ ਵੀ ਤੁਸੀਂ ਲੈ ਜਾਓ ਆਪਣੀ ਸਬਜ਼ੀ ਕਿਤੇ ਹੋਰ ਜਾ ਕੇ ਵੇਚੋ, ਅਸੀਂ ਤੁਹਾਡੀ ਟਰਾਲੀ ਚੁਕਾ ਦੇਣੀ ਆ। ਕਦੀ ਇੱਕ ਦਿਨ ਛੱਡ ਕੇ ਆ ਜਾਂਦੇ, ਕਦੀ ਦੋ ਦਿਨ ਛੱਡ ਕੇ ਆ ਜਾਂਦੇ, ਜਾਂ ਇਕੱਠੇ ਹੀ ਆਉਂਦੇ ਆ ਭਾਜੀ। ਸਾਡਾ ਬੰਦਾ ਕਈ ਵਾਰ ਇਕੱਲਾ ਹੁੰਦਾ, ਇਹਨੂੰ ਧਮਕਾਉਂਦੇ, ਇਹਨੂੰ ਡਰਾਉਂਦੇ ਆ ਭਾਜੀ। ਅਤੇ ਭਾਜੀ ਇਹਦਾ ਹੁਣ ਹੱਲ ਕੀ ਆ? ਅਸੀਂ ਭਾਜੀ ਭਾਜੀ ਕਦੀ ਸੋਚਿਆ ਸੀ ਵੀ ਪੰਜਾਬ ਦੇ ਵਿੱਚ ਵੀ ਆਹੀ ਹਾਲ ਹੋਊਗਾ, ਪੰਜਾਬੀਆਂ ਨੂੰ ਦਬਕੇ ਖਾਣੇ ਪਊਗੇ? ਭਾਜੀ ਉਹੀ ਗੱਲ ਕਹਿੰਦਾ, ਪੰਜਾਬ ਸਾਨੂੰ ਜੰਮਿਆਂ ਦਾ ਕੀ ਫਾਇਦਾ ਭਾਈ, ਬਾਹਰਲੀ ਸਟੇਟਾਂ ਵਾਲੇ ਸਾਡੇ 'ਤੇ ਭਾਈ ਰੋਹ ਝਾੜੀ ਜਾਂਦੇ ਆ, ਇਹਦੋਂ ਚੰਗਾ ਅਸੀਂ ਤਾਂ ਜਨਮ ਹੀ ਨਾ ਲੈਂਦੇ ਭਾਜੀ। ਅਸੀਂ ਆਪਣੀ ਆਪਣੀ ਭਾਈ ਫਰੈਸ਼ ਚੀਜ਼ ਲੋਕਾਂ ਨੂੰ ਵੇਚਦੇ ਹਾਂ, ਕੋਈ ਗਲਤ ਚੀਜ਼ ਨਹੀਂ, ਕੁਛ ਨਹੀਂ। ਜੈਨੂਅਨ ਰੇਟ ਆ ਭਾਜੀ, 10 ਰੁਪਏ ਕਿਲੋ ਹਰੇਕ ਸਬਜ਼ੀ ਆ ਭਾਜੀ, ਦੇਖੋ ਵਧੀਆ ਫਰੈਸ਼। ਅੱਛਾ ਮਾਰਕੀਟ ਰੇਟ ਉਦਾਂ ਕੀ ਆ? ਮਾਰਕੀਟ ਰੇਟ ਭਾਜੀ ਇਹ ਹਦਵਾਣਾ 20 ਰੁਪਏ ਕਿਲੋ ਦੇ ਰਹੇ ਆ। ਅੱਛਾ, ਲੋਕੀ ਭਾਜੀ ਮੰਡੀਓ 60-70 ਰੁਪਏ ਲਾਹੌਰ ਲਿਆ ਕੇ 20 ਰੁਪਏ ਕਿਲੋ ਵੇਚ ਰਹੇ ਆ। ਇਹ ਤੁਸੀਂ ਭਾਜੀ ਜੇ ਮੰਨ ਲਓ ਮੰਡੀ 'ਚ ਲੈ ਕੇ ਜਾਂਦੇ ਇਹੀ, ਇਹ ਆੜਤੀਆ ਤੁਹਾਨੂੰ ਕੀ ਭਾਅ ਦਿੰਦਾ ਆ ਜਾਂ ਤੁਹਾਨੂੰ ਕੀ ਰੇਟ ਮਿਲਦਾ ਹੈ? ਭਾਜੀ ਇਹ ਆੜਤੀਆ ਸਾਨੂੰ ਭਾਅ ਦਿੰਦਾ ਵੀ ਅਸੀਂ ਤੇ ਵੇਚੀ ਨਾ, ਸਾਨੂੰ ਮਿਲਦਾ ਹੀ ਨਹੀਂ ਕੋਈ ਭਾਜੀ। ਕਿੰਨਾ ਲੱਗਦਾ ਭਾਈ? 3-4 ਰੁਪਏ ਕਿਲੋ ਵਿਕਦਾ ਉੱਥੇ ਭਾਜੀ, 3-4 ਰੁਪਏ ਭਾਈ ਆੜਤ ਘੱਟ ਹੁੰਦੀ ਆ, ਵਿੱਚੋਂ ਭਾਜੀ ਕਾਟ ਘੱਟ ਹੁੰਦੀ ਆ, 4-5 ਰੁਪਏ ਦਾ ਕਿਲੋ ਮਗਰ ਖਰਚਾ ਹੀ ਚੜ ਜਾਂਦਾ ਭਾਜੀ। ਲੋਕੀ ਇੱਥੇ ਪਿਆਰ ਦਿੰਦੇ ਆ ਇੱਥੇ, ਹਾਲੇ ਤੁਸੀਂ ਭਾਜੀ 5 ਮਿੰਟ ਹੀ ਹੋਇਆ, ਕਿੱਦਾਂ ਹੈ ਨਾ ਇੱਥੇ ਰਸ਼ ਪਿਆ ਹੋਇਆ ਭਾਈ? ਆ ਭਾਈ ਚਲ ਵੀ ਗਏ ਆ, ਪੁੱਛ ਕੇ ਦੇਖੋ, ਰੋਜ਼ ਆਉਂਦੇ ਆ ਭਾਈ, ਆਪਾਂ ਵਧੀਆ ਸਬਜ਼ੀ ਦੇ ਰੇਟ ਕਰਦੇ ਲੋਕ ਖੜਕੇ, ਵਧੀਆ ਪਿਆਰ ਦਿੰਦੇ ਭਾਜੀ ਲੋਕ, ਵਧੀਆ ਭਾਜੀ ਖੁਸ਼ ਆ ਲੋਕੀ ਭਾਜੀ। ਇਹ ਇਹ ਹੁਣ ਆ ਕਹਿ ਰਹੇ ਸੀ ਭਾਈ ਸਾਹਿਬ ਹੁਣ ਕਹਿ ਰਹੇ ਸੀਗੇ ਭਾਜੀ, ਆ ਚੱਕ ਰਹੇ ਹੁਣ ਭਾਜੀ ਦੇਖੋ। ਅੱਛਾ, ਇਹ ਵੀ ਨਾਲ ਹੀ ਸੀਗੇ ਭਾਜੀ। ਭਾਜੀ ਕੁਝ ਦਿਨ ਪਹਿਲਾਂ ਤੁਸੀਂ ਇਹਨਾਂ ਨੂੰ ਗਾਲਾਂ ਕੱਢੀਆਂ ਆਏ ਇੱਥੇ, ਤੁਹਾਡੇ ਬੰਦੇ ਇਕੱਠੇ ਹੋ ਕੇ ਇੱਧਰ ਨੂੰ ਹੋ ਜਾਓ ਭਾਜੀ ਨੂੰ, ਆਹ ਆਪਣਾ ਭਰਾ ਪੰਜਾਬੀ, ਇਹਨੂੰ ਤੁਸੀਂ ਗਾਲਾਂ ਕੱਢੀਆਂ ਵੀ ਇੱਥੋਂ ਚੱਲ ਜਾ ਨਹੀਂ ਤਾਂ ਤੇਰੀ ਟਰਾਲੀ ਫੂਕ ਦਾਂਗੇ। ਬੰਦੇ ਜਿਹੜੇ ਆਏ ਸੀ ਉਹ ਤਾਂ ਦੱਸੋ ਨਾ, ਤੁਸੀਂ ਚੱਕ ਕਿਉਂ ਰਹੇ ਹੋ ਭਾਜੀ? ਫਿਰ ਤੁਸੀਂ ਹੁਣ ਇੱਥੋਂ ਕਿਉਂ ਜਾ ਰਹੇ ਹੋ ਭਾਈ ਜੀ? ਤੁਸੀਂ ਕਾਹਦੋਂ ਚੱਕ ਰਹੇ? ਬੈਠੋ ਭਰਾ, ਕਮਾਓ, ਤੁਸੀਂ ਕੰਮ ਕਰੋ, ਤੁਸੀਂ ਕੰਮ ਕਰੋ ਜੀ। ਹਾਂ ਨਹੀਂ ਨਹੀਂ ਬੰਦੇ ਦਾ ਦੱਸੋ ਭਾਈ, ਕੰਮ ਕਰੇ ਜਾ ਕੇ ਰਹੇ ਭਾਈ, ਤੁਸੀਂ ਵੀ ਆਪਣਾ ਕੰਮ ਕਰੋ। ਰੋਲਾ ਭਾਈ ਬੰਦੇ ਪੁੱਛਦਾ ਕਿਹੜਾ ਯਾਰ ਨਾਲ ਆਈ ਸੀ? ਹਾਂ ਕਹੇ ਵਿਚਲੇਗਾ ਭਾਈ, ਹੁਣ ਤੁਸੀਂ ਜਾ ਇੱਥੋਂ ਕਿਉਂ ਜਾ ਰਹੇ ਹੋ? ਜਾ ਰਹੇ ਹਾਂ। ਨਹੀਂ ਗੁੰਡਾਗਰਦੀ ਪਹਿਲਾਂ ਤੁਸੀਂ ਰਲ ਕੇ ਕੀਤੀ ਹੈ ਨਾ ਇਸ ਭਰਾ ਨਾਲ, ਸੱਚ ਬੋਲੋ, ਕੋਈ ਗੱਲ ਨਹੀਂ, ਸੱਚ ਬੋਲਣਾ ਚਾਹੀਦਾ। ਫੇ ਹੁਣ ਤੁਸੀਂ ਜਾ ਕਿਉਂ ਰਹੇ ਹੋ? ਉਹ ਉਹ ਭਾਜੀ ਹੁਣੀ ਕਹਿ ਰਹੇ ਨੇ ਕਿ ਤੁਸੀਂ ਵੇਚੋ, ਆਹ ਦੇਖੋ ਕੰਮ ਕਰੋ ਨਹੀਂ ਤਾਂ ਤੁਸੀਂ ਭਰਾਵਾ ਤੁਸੀਂ ਵੀ ਕਮਾਓ ਰੋਟੀ, ਆਪਾਂ ਤਾਂ ਖਾਓ। ਤੁਸੀਂ ਭਾਜੀ ਮਿਹਨਤ ਕਰਦੇ ਆ, ਤੁਹਾਨੂੰ ਕੁਝ ਨਹੀਂ ਕਹਿੰਦੇ, ਅਸੀਂ ਵੀ ਮਿਹਨਤ ਕਰਦੇ ਆ। ਕਹੇ ਵੇਚਲੇਗਾ ਹੁਣ ਹੁਣ ਤੁਸੀਂ ਤੁਸੀਂ ਇੱਥੋਂ ਜਾ ਕਿਉਂ ਰਹੇ ਹੋ? ਕੱਲ ਇਹਨੂੰ ਭਜਾ ਰਹੇ ਸੀ, ਅੱਜ ਤੁਸੀਂ ਖੁਦ ਜਾ ਰਹੇ, ਤੁਸੀਂ ਖੁਦ ਰੋਟੀ ਖਾਓ ਭਰਾ, ਤੁਸੀਂ ਕਮਾ ਕੇ, ਸਾਨੂੰ ਕੋਈ ਨਹੀਂ। ਇਹ ਮੰਨ ਲਓ ਮਿਹਨਤ ਕਰਦੇ ਆ ਭਾਈ। ਭਾਈ ਸਾਹਿਬ ਤੁਹਾਡਾ ਨਾਂ ਕੀ ਜੀ? ਮੈਂ ਅਮਰਜੀਤ ਸਿੰਘ, ਨਵਾਂ ਪਿੰਡ ਆ ਜੀ, ਸੰਯੁਕਤ ਕਿਸਾਨ। ਅਮਰਜੀਤ ਸਿੰਘ ਜੀ ਮੰਨ ਦਿਓ, ਇਹ ਚੋਰ ਆ, ਮਤਲਬ ਇਹਨਾਂ ਨੇ ਪਹਿਲਾਂ ਗਲਤੀ ਕਰ ਲਈ, ਹੁਣ ਤਾਂ ਭੱਜ ਰਹੇ ਆ। ਬਿਲਕੁਲ, ਹੁਣ ਗੱਲ ਹੀ ਨਹੀਂ ਭਾਜੀ, ਹੁਣ ਆਪੇ ਹੀ ਆਪਣੀ ਸਮਾਨ ਚੱਕ ਕੇ ਆਪਣੇ ਆਪਣੇ, ਕੱਲ ਇਹਨੂੰ ਮੁੰਡੇ ਨੂੰ ਕੱਲ ਇੱਥੇ ਗਾਲੀ ਗਲੋਚ ਕੀਤਾ ਇਹਨਾਂ ਨੇ ਜੀ, ਗਾਲੀ ਗਲੋਚ ਕਰਕੇ ਤਾਂ ਬੰਦੇ ਨੂੰ ਕਹਿੰਦੇ ਭੱਜੋ, ਤੇਰਾ ਟਰੈਕਟਰ ਵੀ ਗਾਇਬ ਕਰ ਦੇਂਗੇ। ਅੱਛਾ ਜੀ, ਖੜ ਕੇ ਨਹੀਂ ਵੇਚਣਾ, ਜਾਂ ਇਹ ਮੁੰਡਾ ਉਹ ਵੇਚਦੇ ਆ 20 ਰੁਪਏ ਕਿਲੋ ਅਧਵਾਣਾ ਹੈ ਨਾ, ਕੱਦੂ 15 ਰੁਪਈਏ, ਇਹ ਤੇ 8 ਰੁਪਈਏ ਮੁੰਡਾ ਵੇਚਦਾ ਬਈ ਮੰਡੀ ਆ ਕੇ, ਸਾਡਾ ਮੰਡੀ ਚੋਂ 2 ਰੁਪਏ 3 ਰੁਪਏ ਭਾਜੀ ਤੜਾਈ ਵੀ ਇਹਦੀ
ਪੱਲੇ ਨਹੀਂ ਪੈਂਦੀ। ਇਹ ਤੇ 8 ਰੁਪਈਏ ਵੇਚ ਰਿਹਾ ਕਿ ਇਸੇ ਗੱਲ ਤੋਂ ਪ੍ਰੋਬਲਮ ਵੀ ਤੁਸੀਂ ਤੂੰ ਸਸਤਾ ਵੇਚਣਾ ਇਹਨੂੰ ਭਜਵਾ ਰਹੇ ਸੀ ਕੱਲ ਬੰਦੇ ਹੁਣੇ ਅੱਜ ਅੱਜ ਕਾ ਤੋਂ ਆਪ ਭੱਜ ਰਹੇ ਦੇਖ ਲਓ ਆ ਤੁਹਾਡੇ ਸਾਹਮਣੇ ਹੀ ਆ ਬਾਜੀ ਅਸੀਂ ਤਾਂ ਕਹਿੰਦੇ ਆ ਬਾਜੀ ਇਹ ਵੀ ਰੋਟੀ ਖਾਂਦੇ ਕਮਾ ਕੇ ਮਿਹਨਤ ਕਰਦੇ ਆ ਸਾਰੇ ਹੀ ਕਮਾਈ ਖਾਣ ਕੋਈ ਨਹੀਂ ਕਰਕੇ ਖਾਣ ਇਹ ਵੀ ਮੁੰਡੇ ਦੇ ਛਾਵਾ ਜਿਹਾ ਜਿਹੜਾ ਬਾਜੀ ਹੁਣ ਖੇਤ 'ਚ ਵਾਹੁਣ ਦੇ ਨਾਲੋਂ ਇੰਨੇ ਮੁੰਡੇ ਨੇ ਸੋਚਿਆ ਕਿ ਮੈਂ ਭਈ ਬੰਦਾ ਪੱਲੇ ਬਾਈ ਜੀ ਜਾ ਕੇ ਉਹਰੇ ਉਹ ਭਾਈ ਸਾਹਿਬ ਕਹਿ ਰਹੇ ਵੀ ਤੁਸੀਂ ਇੱਥੇ ਕੰਮ ਕਰੋ ਮੈਨੂੰ ਨਹੀਂ ਕਹਿਣਾ ਵੇਚੋ ਯਾਰ ਭਾਈ ਉਹ ਨਹੀਂ 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 ਸਾਰੇ ਮਿਹਨਤ ਕਰੀਏ ਭਾਜੀ ਇਦਾਂ ਨਹੀਂ ਭਾਈ ਤੁਹਾਨੂੰ ਕੁਝ ਕਹਿਣਾ ਹੀ ਨਹੀਂ ਯਾਰ ਤੁਸੀਂ ਵੇਚੋ ਸਬਜ਼ੀ ਬੱਚਾ ਜਾਂ ਨਾਲ ਉਹ ਬੱਚੇ ਨਾਲ ਯਾਰ ਉਹ ਕਹਿ ਰਹੇ ਵੇਚ ਲੋ ਆਪੋ ਆਪਣੀ ਕਿਸਮਤ ਆ ਨਹੀਂ ਪਹਿਲਾਂ ਤੁਹਾਡੇ ਬੰਦਿਆਂ ਨੇ ਗੁੰਡਾਗਰਦੀ ਕੀਤੀ ਬਿਲਕੁਲ ਫੇ ਕਿਹਨੇ ਕੀਤੀ ਕੌਣ ਆਇਆ ਸੀਗਾ ਉਸ ਦਿਨ ਹਾਂ ਹੈ ਭਾਜੀ ਹੁਣ ਬੰਦੇ ਆ ਤੁਸੀਂ ਹਾਂਜੀ ਹਾਂਜੀ ਆ ਗਏ ਬਿਲਕੁਲ ਹੁਣ ਤੁਸੀਂ ਜਾ ਕੇ ਆਇਓ ਭਾਜੀ ਐਸੇ ਕਿਉਂ ਬੋਲੇ ਤੇਰੇ ਪਰ ਜ਼ਿੰਮੇਵਾਰੀ ਆ ਗਈ ਪਤਾ ਹੀ ਆਪਕੇ ਉੱਪਰ ਸਾਰੀ ਸਾਰੀ ਮੰਡੀ ਕੀ ਬਾਤ ਹੈ ਹਕੀਕਤ ਮੈਂ ਕੋਈ ਆਇਆ ਨਹੀਂ ਹੈ ਤੋ ਤੂੰ ਸੱਚਾਈ ਕਿਉਂ ਨਹੀਂ ਬੋਲ ਰਹਾ ਹੈ नहीं तुसी गलत नहीं है एक मिनट जवाब दे रहे हो अपनी जगह ठीक हो तुसी आओ भाई साहब जड़े खड़े इन्होंने बंदे तुसी धमकियां दित्तियां तू भी ना जा बच्चे वाला है तू नहीं नहीं ऐसे नहीं बच्चे वाला है तू भी कमाई कर एक मिनट सुन मेरी बात कोई लड़ाई नहीं हुई कोई झगड़ा नहीं हुआ कोई बात नहीं हुई है तो तू क्यों जा रहा है सच्चाई बोल के कोई लड़ाई नहीं हुई है ना जाओ मेरा भाई ऐसे नहीं मेरा भाई है तू और बच्चे भी तेरे कोई भी नहीं हुई तू अपना कमाई कमाई करके खाओ बेटा आओ तू जाना नहीं गलती बताओ मांग रहा है तू गलती गुंडागर्दी की गुंडागर्दी करते इथों तक उन्होंने कहता सारे जिन्ने से इन्हों का पूरी गैंग हैगी इन्होंने कहता इथों चलिया जा पंजाबी भरा नूं अपने कहा इथों चल जा नहीं तो तेरी ट्राली फूक देवांगे तो हुण देखो तुसीं किस तरीके नाल जा रहा है कल तो हमने हदवाने भी नहीं चके जा रहे तो पंजाबी भरा इतने इन कह रहे थे भी भाई तू अपना काम कर ला आप तेन कोई मना नहीं करते तो हम तुम देखो प्रवासी कुछ समा पहला इतने गुंडागर्दी कर रहे थे तो हूँ यह अपना समान चक के जा रहे हैं इधर पंजाबी भरा जरा इन्हों की गुंडागर्दी का शिकार होया भरा भी गल करते हैं तो आ आंटी सके इन्होंने देखी सी पूरी घटना आंटी जी तुम ना तो हदवाने बेचते हो ना ना तुम सब्जी बेचते हो असल कहानी उस दिन हुई की सी थोड़ी एक्सप्लेन कर इधर देखो असि कल नहीं आए अच्छा जी इधर पहले ट्राली आई है थोड़ा जा लेके आए खरबूजे सारा कुछ लेके आए ते तुरंत तुरंत विक गया ਗੁੰਡਾਗਰਦੀ ਕਹਿੰਦੇ ਅਸੀਂ ਤੇਰੀ ਟਰਾਲੀ ਫੂਕ ਦਵਾਂਗੇ ਕਹਿੰਦੇ ਅਸੀਂ ਤੇਰੀ ਟਰਾਲੀ ਚਕਾ ਦਾਂਗੇ ਮਿਹਨਤ ਜੀ ਆਪਾਂ ਪੰਜਾਬੀ ਆ ਸਾਰੇ ਕਿਸਾਨ ਆ ਸਾਡੇ ਗੱਲ ਪੈ ਗਈ ਸਾਨੂੰ ਸਾਡੇ ਮਾਂ ਬਾਪ ਦੀ ਬਾਪੂਆਂ ਦੀ ਸਾਨੂੰ ਖੇਤੀ ਕਰਨੀ ਪੈਂਦੀ ਆ ਸਾਡੇ ਸਾਡੀ ਪੈਲੀ ਆ ਅਸੀਂ ਖੇਤੀ ਕਰਾਂਗੇ ਕਿਸਾਨ ਨੇ ਖੇਤੀ ਕਰਨੀ ਆ ਲੇਕਿਨ ਖੇਤੀ ਦੇ ਹਾਲਾਤ ਇਹ ਆ ਜੀ 25,000 ਰੁਪਈਏ ਕਿਲੋ ਬੀਜ ਆ ਹਦਵਾਣੇ ਦਾ ਤੇ ਅਸੀਂ ਹਦਵਾਣੇ ਦਾ ਬੀਜ ਖਾਦਾਂ ਦਵਾਈਆਂ ਮਿਹਨਤ ਲੇਬਰ ਗੋਡੀਆਂ ਪਾਣੀ ਸਾਰਾ ਕੁਛ ਲਾ ਕੇ ਭਾਜੀ 4 ਰੁਪਈਏ 5 ਰੁਪਈਏ ਮੰਡੀ ਸਾਨੂੰ ਮਿਲਦਾ ਤੜਾਈ ਸਾਡੀ 4 ਰੁਪਈਏ 5 ਰੁਪਈਏ ਤੜਵਾਈ ਆ ਲੇਬਰ ਦੀ ਅਸੀਂ ਉਹ ਦਿੰਦੇ ਫਿਰ ਸਾਡੇ ਪੱਲੇ ਨਹੀਂ ਕੁਛ ਪਿਆ ਉਹ ਖੇਤ ਦੇ ਵਿੱਚੋਂ ਵਾਹੁਣ ਦੇ ਨਾਲੋਂ ਇਸ ਮੁੰਡੇ ਨੇ ਅਹਿਮਤ ਕੀਤੀ ਕਿ ਟਰਾਲੀ 'ਚ ਲੈ ਕੇ ਮੰਡੀ ਪਈ ਗਾਹਕ ਨੂੰ ਸਿੱਧੀ ਵਿੱਚ ਨਾ ਕੋਈ ਆੜਤੀ ਆ ਵਿਚੋਲਾ ਨਹੀਂ ਪਿਆ ਸਿੱਧਾ ਗਾਹਕ ਨੂੰ ਸਸਤੀ ਇਹ 8 ਰੁਪਈਏ ਦੇਣ ਡਿਆ ਆਪਣੇ ਪੰਜਾਬੀ ਭਰਾਵਾਂ ਦੀ ਇੱਜ਼ਤ ਕਰੋ ਆਪਣੇ ਪੰਜਾਬੀ ਭਰਾਵਾਂ ਤੋਂ ਲਓ ਖਰੀਦਦਾਰੀ ਕਰੋ ਦੂਸਰੇ ਪਾਸੇ ਪ੍ਰਵਾਸੀਆਂ ਦਾ ਦਬਦਬਾ ਤੂੰ ਉਹ ਨਜ਼ਰੀਆ ਤੁਹਾਡਾ ਕੀ ਕਹਿੰਦਾ ਉਸ ਚੀਜ਼ ਤੇ ਜਦੋਂ ਜ਼ਿਮੀਦਾਰ ਆਏ ਭਾਜੀ ਅੱਗੇ ਵੀ ਸ਼ਿਕਾਇਤਾਂ ਬਹੁਤ ਆਉਂਦੀਆਂ ਰਹੀਆਂ ਜਦੋਂ ਇੱਥੇ ਆਉਂਦਾ ਨਾ ਮੈਂ ਖੁਦ ਹੁਣ ਤਾਂ ਮੈਂ ਚਲੋ ਕਿਸਾਨ ਜੀ ਨੂੰ ਸੰਯੁਕਤ ਮੋਰਚੇ ਨਾਲ ਜੁੜਿਆ ਜੀ ਪਹਿਲਾਂ ਨਹੀਂ ਸੀਗਾ ਅਸੀਂ ਆਏ ਆਪਣੀਆਂ ਮੂਲੀਆਂ ਲੈ ਕੇ ਜੀ ਮੰਡੀ ਰੇਟ ਸਾਡਾ 4-5 ਰੁਪਏ ਨਹੀਂ ਮਿਲਦਾ ਸੀ ਅਸੀਂ ਇੱਥੇ ਆ ਗਏ ਮੈਂ 15 ਰੁਪਏ ਇਹ ਦਿੰਦੇ 30 ਰੁਪਏ ਮੈਂ 15 ਰੁਪਏ ਅਸੀਂ ਦੇਣ ਲੱਗ ਗਏ ਸਾਨੂੰ ਇੱਥੋਂ ਸਾਨੂੰ ਕਹਿੰਦੇ ਟਰਾਲੀ ਨਹੀਂ ਲਾਉਣ ਦੇਣੀ ਤੈਨੂੰ ਨਹੀਂ ਭਾਈ ਇੱਥੇ ਨਹੀਂ ਲਾਉਣੀ ਤਾਂ ਤੂੰ ਵੇਚਣਾ
ਤੇ ਅਸੀਂ ਇਹੋ ਹੀ ਕਿਹਾ ਵੀ ਭਾਜੀ ਤੁਸੀਂ ਵੀ ਵੇਚਦੇ ਆ ਦੱਸੋ ਕੀ ਗੱਲ ਆ ਕਹਿੰਦੇ ਨਿਗਮ ਵਾਲੇ ਸਾਡੇ ਤੋਂ ਪਰਚੀ ਲੈਂਦੇ ਮੈਂ ਕਿਹਾ ਮੈਂ ਵੀ ਪਰਚੀ ਲੈਣ ਨੂੰ ਤਿਆਰ ਆ ਮੈਨੂੰ ਵੀ ਜਗ੍ਹਾ ਦੇ ਦਿਓ ਕੁਛ ਤੁਸੀਂ ਆਪਣੀ ਰੋਟੀ ਖਾਂਦੇ ਹੈਨਾ ਅਸੀਂ ਵੀ ਖਾਈਏ ਅੱਜ ਉਹ 4-5 ਸਾਲ ਬਾਅਦ ਉਹ ਮੁਸ਼ਕਲ ਜਿਹੜੀ ਅੱਜ ਇਸ ਮੁੰਡੇ ਨੂੰ ਵੀ ਆਈ ਫਿਰ ਅਸੀਂ ਇਹਨੂੰ ਮੈਂ ਕਿਹਾ ਵੀ ਤੂੰ ਚੱਲ ਤੂੰ ਡਰਨਾ ਨਹੀਂ ਤੂੰ ਘਬਰਾਉਣਾ ਨਹੀਂ ਤੂੰ ਆਪਣੀ ਚੀਜ਼ ਵੇਚ ਜਦ ਕਿ ਪ੍ਰਵਾਸੀਆਂ ਨੂੰ 10-15 ਦਿਨ ਵੇਚਣੀ ਹੈ ਭਾਜੀ ਬਿਲਕੁਲ ਨਾ ਲੱਗ ਜਾਣਾ ਬਿਲਕੁਲ ਪਰ ਇਹ ਪ੍ਰਵਾਸੀ ਇਕੱਠੇ ਹੋ ਗਏ ਭਾਜੀ 4-500 ਬੰਦਾ ਇਕੱਠਾ ਹੋ ਜਾਂਦਾ ਮਿੰਟ 'ਚ ਜਦੋਂ ਕਰਦੇ ਆ ਹੁਣ ਜਦੋਂ ਤੁਹਾਨੂੰ ਪਤਾ ਲੱਗਾ ਮੀਡੀਆ ਵਾਲੇ ਆ ਗਏ ਉਹ ਖੁਦ ਹੀ ਪਰੇ ਹੋ ਗਏ ਹੁਣ ਉਹਦੇ ਨਾਲ ਵੀ ਨਹੀਂ ਕੋਈ ਆਇਆ ਤੇ ਕਦੇ ਕਦੇ ਭਾਜੀ ਤੁਸੀਂ ਤੁਹਾਡੀ ਉਮਰ ਕਿੰਨੀ ਹੋ ਗਈ ਜੀ ਹਾਂਜੀ ਮੇਰੀ 42 ਸਾਲ ਉਮਰ ਹੈ 42 ਸਾਲ ਪਹਿਲਾਂ ਕਦੇ ਸੋਚਿਆ ਸੀਗਾ ਅੱਜ ਤੋਂ 3 ਕਿ ਦਹਾਕੇ ਪਹਿਲਾਂ ਵੀ ਪ੍ਰਵਾਸੀ ਵੀ ਆ ਕੇ ਸਾਡੇ ਤੇ ਦਬਦਬਾ ਪਾਉਣਗੇ ਦੇਖ ਲਓ ਭਾਈ ਕਦੇ ਨਹੀਂ ਸੋਚਿਆ ਸੀ ਇਹ ਤਾਂ ਭਾਜੀ ਉਹ ਕੰਮ ਹੋ ਗਿਆ ਮੁੰਡੇ ਹੁਣ ਸਾਡੇ ਬਾਹਰ ਜਾ ਰਹੇ ਆ ਪੜ ਕੇ ਇਹ ਮੁੰਡੇ ਜਿਹੜੇ ਇੱਥੇ ਕੰਮ ਕਰਦੇ ਅਸੀਂ ਇੱਥੇ ਰਹਿ ਗਏ ਪੰਜਾਬ 'ਚ ਅਸੀਂ ਕੰਮ ਕਰਦੇ ਭਾਜੀ ਸਾਨੂੰ ਮੰਡੀਆਂ 'ਚ ਜਾ ਕੇ ਸ਼ਹਿਰ ਇੰਨਾ ਜ਼ਿਆਦਾ ਪ੍ਰਵਾਸੀਆਂ ਨੇ ਦਬਦਬਾ ਬਣਾ ਲਿਆ ਭਾਜੀ ਜਗ੍ਹਾ ਤੇ ਕਬਜ਼ਾ ਭਾਜੀ ਇਕੱਠੇ ਹੋ ਕੇ ਪੰਜਾਬੀ ਮੁੰਡਿਆਂ ਨੂੰ ਪੱਗਾਂ ਲਾਉਣ ਤੱਕ ਪੈ ਗਏ ਆ ਇਹ ਤੇ ਬਹੁਤ ਜਗ੍ਹਾ ਹੁੰਦੀਆਂ ਕਈ ਵਾਰੀ ਲੋਕੀ ਗੱਲ ਨਹੀਂ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਕੱਲ੍ਹ ਗੱਲਾਂ ਥੋੜੀਆਂ ਆ ਰਹੀਆਂ ਆ ਪਰ ਲੋਕੀ ਪਹਿਲਾਂ ਗੱਲ ਨਹੀਂ ਕਰਦੇ ਆਪਣੀ ਵੀ ਬੇਇੱਜ਼ਤੀ ਅੱਜ ਲੋਕੀ ਗੱਲ ਹੀ ਨਹੀਂ ਕਰਦੇ ਸੀ ਨਾ ਕੋਈ ਥਾਣੇ ਜਾਂਦਾ ਨਾ ਕੋਈ ਕੁਝ ਭਾਜੀ ਇਹਨਾਂ ਇਹੀ ਗੱਲ ਜੇ ਤੁਸੀਂ ਕਰਦੇ ਨਾ ਕਿਸੇ ਨੂੰ ਜੀਓ ਤੇ ਜੀਣ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਇਹ ਰੋਟੀ ਖਾਂਦੇ ਕਰਕੇ ਖਾਂਦੇ ਆ ਹੈਨਾ ਇਹ ਮਿਹਨਤ ਕਰਦੇ ਆ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਇਹ ਨਹੀਂ ਹੈਗਾ ਕਿ ਸਾਨੂੰ ਹੀ ਸਾਡੇ ਹੀ ਆ ਕੇ ਪੰਜਾਬ 'ਚ ਸਾਨੂੰ ਹੀ ਲੜਨਾ ਅੱਜ ਪੈ ਰਿਹਾ ਜਗ੍ਹਾ ਲਈ ਕਿ ਸਾਨੂੰ ਸਾਡੀ ਟਰਾਲੀ ਲਾ ਕੇ ਸਾਡੀ ਫਸਲ ਵੇਚ ਲੈਣ ਦਿਓ ਹੈਨਾ ਇਹ ਭਾਈ ਜੀ ਗੁੰਡਾਗਰਦੀ 'ਚ ਹੋਰ ਕੀ ਕੁਝ ਕਿਹਾ ਗਿਆ ਤੁਹਾਡਾ ਬੰਦਾ ਸੀ ਜਾਂ ਤੁਸੀਂ ਸੀ ਇੱਥੇ ਟਰਾਲੀ ਕਹਿੰਦੇ ਚੁਕਾ ਦੇਣੀ ਸਾਡੀ ਗੱਲ ਹਾਂ ਆ ਬੰਦੇ ਨੂੰ ਵੀ ਪੁੱਛ ਲਓ ਭਾਜੀ ਯਾਰ ਫਿਰ ਖਿਆਲ ਕਿਹੋ ਜਿਹਾ ਹੈ ਭਾਈ ਜੀ ਜ਼ਹਿਰ 'ਚ ਤੁਹਾਡਾ ਪੰਜਾਬ ਹੋਣ ਦੇ ਬਾਵਜੂਦ ਵੀ ਜੰਮ ਕੇ ਅਸੀਂ ਮੈਂ ਗਵਾਇਆ ਭਾਜੀ ਅਸੀਂ ਤੇ ਜੰਮਦੇ ਹੀ ਨਾ ਪਰੇਸ਼ਾਨ ਹੋ ਗਏ ਦੂਜੀ ਸਟੇਟ ਦੇ ਬੰਦੇ ਆਵੇ ਦਬਕੇ ਮਾਰਦੇ ਹੀ ਕਾਦੇ ਭਾਈ ਪੰਜਾਬੀਆਂ ਯਾਰ ਸਾਡੀ ਕਦਰ ਹੀ ਹੈ ਨਹੀਂ ਇੱਥੇ ਯਾਰ ਅਸੀਂ ਹਾਲਾਂਕਿ ਉਹਨਾਂ ਨੂੰ ਕੁਝ ਕਹਿੰਦੇ ਵੀ ਨਹੀਂ ਸਾਨੂੰ ਤਾਂ ਵੀ ਭਾਜੀ ਇਦਾਂ ਗੁੰਡਾਗਰਦੀ ਦਿਖਾਉਂਦੇ ਕੀ ਰਹਿਦਾ ਯਾਰ ਭਾਜੀ ਹਾਲਾਂਕਿ ਇਹਨਾਂ ਨੂੰ ਅਸੀਂ ਕੰਮ ਦਿੰਦੇ ਆ ਫੈਕਟਰੀਆਂ ਸਾਡੇ ਇੱਥੇ ਆ ਇਹ ਸਾਡੇ ਕੰਮ ਕਰਦੇ ਆ ਸਾਡੇ ਬੰਦੇ ਵੀ ਪਿਆਰੀ ਆ ਰੁਜ਼ਗਾਰ ਦਿੰਦੇ ਆ ਭਾਜੀ ਇਹ ਗੱਲਾਂ ਸੁਣ ਲਈ ਥੋੜੀ ਭਾਜੀ ਅਸੀਂ ਇੱਥੇ ਆਏ ਯਾਰ ਪਰੇਸ਼ਾਨੀ ਜਿਹੜੀ ਆ ਸੁਣ ਕੇ ਵੀ ਗੱਲ ਮਨ ਨੂੰ ਲੱਗਦਾ ਜਦੋਂ ਇਹ ਮੁੰਡੇ ਨੇ ਅੱਜ ਮੇਰੇ ਨਾਲ ਗੱਲ ਕੀਤੀ ਪਰ ਫੇਰ ਵੀ ਭਾਈ ਜੀ ਤੁਸੀਂ ਹਿੰਮਤ ਵਾਲੇ ਆ ਨਾ ਤੁਸੀਂ ਕੰਟੈਕਟ ਕੀਤਾ ਮੀਡੀਆ ਦਾਰੇ ਵੀ ਬਹੁਤ ਘੱਟ ਆ ਨਾ ਜਗ ਜਾਹਰ ਕਰਦੇ ਇਦਾਂ ਦੀਆਂ ਚੀਜ਼ਾਂ ਮੋਰਚਿਆਂ ਤੇ ਜਾਣੇ ਰਹੇ ਆ ਭਾਈ ਹੁਣ ਨਾ ਕਿਸਾਨ ਜੀ ਉਹਨੇ ਕਿਤੇ ਮੋਰਚਾ ਕੋਈ ਛੱਡਿਆ ਨਹੀਂ ਭਾਈ ਜੀ ਤਾਂ ਭਾਜੀ ਉਹਨਾਂ ਨੂੰ ਇੱਕ ਕਾਲ ਕੀਤੀ ਭਾਈ ਹੁਣੀ ਨਾਲ ਹੀ ਆ ਗਏ ਭਾਈ ਪਰ ਭਾਜੀ ਜਿਹੜਾ ਸੋਸ਼ਲ ਮੀਡੀਆ ਦੀ ਗੱਲ ਆ ਨਾ ਸਾਰੇ ਚੈਨਲ ਵੀ ਸਾਰੇ ਉਹ ਗੱਲਾਂ ਨਹੀਂ ਹੁਣ ਤੁਸੀਂ ਆਏ ਆ ਤੁਸੀਂ ਸਾਡੀ ਗੱਲ ਸੁਣੀ ਤੁਸੀਂ ਗਰਾਊਂਡ ਪੱਧਰ ਤੇ ਸਾਰੀਆਂ ਗੱਲਾਂ ਤੱਕ ਆਉਨੇ ਆ ਵੀ ਆ ਵੀ ਸਾਡੀ ਪ੍ਰੋਬਲਮ ਕੀ ਆ ਮੇਨ ਇਹ ਜੜ ਜਿਹੜੀ ਆ ਨਾ ਤੁਸੀਂ ਇਹ ਸਾਰੇ ਚੈਨਲ ਸੁਣਦੇ ਨਹੀਂ ਸਾਰੇ ਚੈਨਲ ਕਹਿੰਦੇ ਨੇ ਉਹ ਆਪਣੀਆਂ ਉਹਨਾਂ ਦਾ ਮਸਾਲਾ ਚਾਹੀਦਾ ਉਹਨਾਂ ਨੂੰ ਮਸਾਲੇ ਵਾਲੀਆਂ ਖਬਰਾਂ ਲਾਉਂਦੇ ਆ ਇੱਕ ਆਮ ਕਿਸਾਨ ਦੀ ਗੱਲ ਆ ਜਿਹੜੀ ਨਾ ਉਹ ਕੋਈ ਲਾਉਂਦਾ ਨਹੀਂ ਹੈਗਾ ਇੱਕ ਵਾਰ ਜਿਹੜੇ ਹੋਰ ਦਰਸ਼ਕ ਦੇਰ ਨਾਲ ਜੁੜੇ ਨੇ ਇਸ ਲਾਈਵ ਦੇ ਵਿੱਚ ਲੋਕੇਸ਼ਨ ਭਾਜੀ ਜ਼ਰੂਰ ਦੱਸ ਦਿਓ ਜੇ ਆ ਭਾਜੀ ਹੁਣਾਂ ਨੇ ਭਾਜੀ ਹੁਣਾਂ ਦੇ ਕੋਲ ਕਿਸੇ ਨੇ ਸਬਜ਼ੀ ਲੈਣੀ ਹੋਵੇ ਫਰੈਸ਼ ਹੈ ਨਾ ਮਾਰਕੀਟ ਰੇਟ ਤੋਂ ਅੱਧੋ ਅੱਧ ਦਾ ਫਰਕ ਪੈ ਜਾਂਦਾ ਭਾਜੀ ਲੋਕੇਸ਼ਨ ਜ਼ਰੂਰ ਦੱਸ ਦਿਓ ਕਿੱਥੇ ਖੜਦੇ ਹੋ ਤੁਸੀਂ ਪੁਆਇੰਟ ਆ ਭਾਜੀ ਮੇਨ ਮੰਡੀ ਦੇ ਗੇਟ ਦੇ ਨਾਲ ਹੀ ਆ ਮੰਡੀ ਦੇ ਥੋੜਾ ਜਿਹਾ ਨਾਲ ਹੀ ਆ ਇੱਥੇ ਤੇ ਬਾਕੀ ਇਹ ਮੁੰਡਾ ਦਿਨੇ ਪਹਿਲਾਂ 12 ਵਜੇ ਤੋਂ ਲੈ ਕੇ ਇਹ ਪਹਿਲਾਂ ਸੈਂਟ ਸੋਲਜਰ ਕਾਲਜ ਆ ਜੀ ਐਨਆਈਟੀ ਉੱਤੇ ਹਾਈਵੇ ਰੋਡ ਤੇ ਨਹਿਰ ਦੇ ਕਿਨਾਰੇ ਖੜਦਾ ਆ ਪਹਿਲਾਂ ਟਰਾਲੀ ਉੱਤੇ ਮੁੜ ਕੇ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਮੰਡੀ ਲੱਗਦੀ 5 ਵਜੇ ਫਿਰ ਇੱਧਰ ਆ ਜਾਂਦਾ ਭਾਈ ਜੀ ਚੀਜ਼ ਵੀ ਤੁਹਾਡੀ ਫਰੈਸ਼ ਆ ਪਰ ਰਸ਼ ਆਪਾਂ ਦੇਖਦੇ ਹਨਾ ਦਰਸ਼ਕੋ ਜਿੰਨੇ ਵੀਰ ਭਰਾ ਦੇਖ ਰਹੇ ਨੇ ਨਾ ਇਸ ਵੀਡੀਓ ਨੂੰ ਰਸ਼ ਦੇਖੋ ਫਰੈਸ਼ ਸਬਜ਼ੀ ਆ ਆਂਟੀ ਜਿਹੜੇ ਹੁਣ ਇੱਥੇ ਖੜੇ ਸੀਗੇ ਉਹ ਵੀ ਲੈਣ ਆਏ ਨੇ ਕਿਉਂਕਿ ਕੁਆਲਿਟੀ ਆ ਚੀਜ਼ ਦੀ ਔਰ ਇੱਕ ਭਾਈਬੰਦੀ ਆ ਪੰਜਾਬੀਆਂ ਦੀ ਪੰਜਾਬੀਆਂ ਦੇ ਨਾਲ ਖਾਸ ਤੌਰ ਤੇ ਜਿਹੜੇ ਪ੍ਰਵਾਸੀ ਭਰਾ ਨੇ ਉਹ ਵੀ ਇਸ ਪੰਜਾਬੀ ਭਰਾ ਦੀ ਸਪੋਰਟ ਕਰ ਰਹੇ ਨੇ ਤੇ ਜਿਹੜੇ ਲੋਕ ਨਫ਼ਰਤ ਫੈਲਾ ਰਹੇ ਨੇ ਪੰਜਾਬੀਆਂ ਔਰ ਪ੍ਰਵਾਸੀਆਂ ਦੇ ਵਿੱਚ ਉਹਨਾਂ ਨੂੰ ਵੀ ਇਸ ਚੀਜ਼ ਤੋਂ ਸਿੱਖਣਾ ਚਾਹੀਦਾ ਆ ਤਾਂ ਜੋ ਜਿਹੜੇ ਪੰਜਾਬੀਆਂ ਔਰ ਪ੍ਰਵਾਸੀਆਂ ਦੇ ਵਿੱਚ ਜਿਹੜੀ ਨਫ਼ਰਤ ਬਣੀ ਹੋਈ ਆ ਉਹ ਖਤਮ ਕੀਤੀ ਜਾ ਸਕੇ ਆ ਭਾਜੀ ਵੀ ਇੱਥੇ ਆਏ ਹੋਏ ਨੇ ਭਾਜੀ ਤੁਸੀਂ ਲੈਣ ਆਏ ਹੋ ਜੀ ਹਰਵਾਨ ਹਾਂਜੀ ਵੀਰੇ ਆਪਣੇ ਭਰਾ ਹੀ ਹੈਗੇ ਆ ਅੱਛਾ ਪ੍ਰਵਾਸੀ ਭਰਾ ਕਹਿੰਦੇ ਗੁੰਡਾਗਰਦੀ ਕਰ ਰਹੇ ਨੇ ਭਾਜੀ ਕਾਫੀ ਟਾਈਮ ਪਹਿਲੇ ਤੋਂ 2 ਮਹੀਨੇ ਪਹਿਲਾਂ ਮੇਰਾ ਖੁਦ ਦਾ ਹੋ ਚੁੱਕਾ ਇਹਨਾਂ ਨੇ ਖੁਦ ਮਤਲਬ ਪੰਜਾਬੀ ਬੰਦੇ ਨੂੰ ਗਾਲ ਕੱਢੀ ਵੀ ਸਰਦਾਰਾਂ ਨੂੰ ਇੱਦਾਂ ਕਰਦਾ ਗੁੱਦਾ ਕਰਦਾ ਤੇ ਥੋੜੀ ਕਿ ਦੂਰ ਅੱਗੇ ਹੀ ਮੇਰਾ ਹੋਇਆ ਹੈਗਾ ਬਟ ਆਪਣਾ ਇੱਥੇ ਯਾਰੀ ਦੋਸਤੀ ਭਰਾ ਸਾਰੇ ਹੈਗੇ ਆ ਕਾਫੀ ਟਾਈਮ ਤੋਂ ਇੱਧਰ ਰਹਿਣ ਦੇ ਕਰਕੇ ਥੋੜਾ ਬਚਾਅ ਹੋ ਗਿਆ ਇਹਨਾਂ ਦਾ ਤੇ ਬਾਕੀ ਚਲੋ ਭਰਾ ਦੇ ਲਈ ਆਪਾਂ ਖੜੇ ਆ ਭਾਈ ਸਾਹਿਬ ਇਹ ਫਿਰ ਗੁੰਡਾ ਕਰਦੀ ਜਿਹੜੀ ਚਲੋ ਬਹੁਤੇ ਮਾੜੇ ਵੀ ਨਹੀਂ ਹੁੰਦੇ ਸਾਰੇ ਚੰਗੇ ਵੀ ਨਹੀਂ ਹੁੰਦੇ ਹਨਾ ਜਿਹੜੇ ਮਾੜੇ ਆਨਸਰ ਹੈਗੇ ਇਹਨਾਂ ਦੇ ਵਿੱਚ ਜਿਹੜੇ ਗੁੰਡਾ ਕਰਦੀ ਕਰਦੇ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਕਿਹੋ ਜੀ ਵਿਉਂਤਬੰਦੀ ਕਰਨੀ ਚਾਹੀਦੀ ਹੈ ਕਿਸਾਨ ਭਰਾਵਾਂ ਨੂੰ ਕਿਸਾਨ ਜਥੇਬੰਦੀਆਂ ਜਿਹੜੀਆਂ ਕਿਹੋ ਜੀ ਪਲੈਨਿੰਗ ਕਰਨੀ ਚਾਹੀਦੀ ਭਾਜੀ ਇਦਾਂ ਆ ਪਹਿਲੀ ਗੱਲ ਤਾਂ ਕਿਸੇ ਨੂੰ ਜੀਓ ਤੇ ਜੀਣ ਦਿਓ ਜੇ ਕੋਈ ਆਪਣਾ ਕੰਮ ਕਰਦਾ ਉਹਨੂੰ ਕਰਨ ਦਿਓ ਜੀ ਤੇ ਬਾਕੀ ਜਿਹੜੇ ਨਾ ਜੇ ਕੋਈ ਕਿਸੇ ਨੂੰ ਤੰਗ ਪਰੇਸ਼ਾਨ ਕਰਦਾ ਕਿਸਾਨਾਂ ਦੀ ਇਹ ਗੱਲ ਹੁੰਦੀ ਸਾਡੇ ਪਹਿਲੋਂ ਸੀਗਾ ਕਿਸਾਨ ਮੋਰਚੇ 'ਚੋਂ ਹੁਣ
ਕਿ ਇਕੱਠੇ ਹੋ ਕੇ ਆਪਣੇ ਭਰਾ ਦਾ ਸਾਥ ਦੇਈਏ ਸਹੀ ਦੇ ਲਈ। ਜੀ ਹਾਂਜੀ ਭਾਜੀ, ਸਾਡੀਆਂ ਸਬਜ਼ੀਆਂ ਭਾਜੀ ਲਿਆ ਕੇ ਡਬਲ ਰੇਟ ਤੇ ਵੇਚਦੇ ਆ ਮੰਡੀ। ਅੱਛਾ, ਤੁਹਾਡੇ ਹੱਥੀ ਬੀਜੀ ਆ ਤੁਸੀਂ ਪੁੱਤਾਂ ਨੂੰ ਪਾਲੀ ਫਸਲ ਉੱਥੋਂ ਅਸੀਂ ਸਾਡੇ ਜ਼ਿਮੀਦਾਰ ਭਰਾਈ ਦਿੰਦੇ ਆ ਉੱਥੋਂ ਲਿਆ ਕੇ ਇੱਥੇ ਡਬਲ ਰੇਟ ਤੇ ਵੇਚਦੇ ਆ। ਭਾਜੀ 30 ਰੁਪਏ ਦਾ ਲਫਾਵਾ ਆ ਸ਼ਿਮਲਾ ਮਿਰਚ ਦਾ, ਇੱਥੇ ਪੁੱਛ ਲਿਓ 15 ਰੁਪਏ 20 ਰੁਪਏ ਕਿਲੋ ਤੋਂ ਘੱਟ ਨਹੀਂ ਹੋਣਾ। 30 ਰੁਪਏ ਦਾ ਲਫਾਵਾ ਆ ਮੰਡੀ ਭਾਜੀ, 20 ਕਿਲੋ। ਹਾਂਜੀ 20 ਕਿਲੋ 15 ਰੁਪਏ, 70 ਰੁਪਏ ਲਫਾਵਾ ਕੀ ਆ ਕਦੂਆ ਸਾਡਾ ਵਿਕਦਾ ਭਾਜੀ, ਸੱਚ ਬੋਲਦੇ ਆ 15 ਰੁਪਏ ਕਿਲੋ ਇੱਥੇ ਮਿਲਦਾ ਹੋਣਾ। ਰੇਹਾਂ ਸਪਰੇਹਾਂ ਵੀ ਕਹਿੰਦੇ ਕਿਸਾਨ ਤੇ ਤਾਂ ਬਹੁਤ ਮਾਰ ਪੈ ਰਹੀ ਆ, ਬੜੀ ਮਹਿੰਗੀ ਹੁੰਦੀ ਆ ਸਪਰੇਹਾਂ, ਮੁੱਲ ਨਹੀਂ ਮਿਲਦਾ ਭਾਜੀ ਯਾਰ ਸਪਰੇਹਾਂ ਜੋ ਗਏ ਆ ਅਸੀਂ ਬਸ ਭਾਈ। ਵੀਰਾ ਦੱਸ ਆਪਣੀ ਕੀ ਲੱਗਾ ਤੇ ਰੱਖ ਲਾਗਤ। ਹੁਣ ਜੇ ਮੰਨ ਲਓ ਭਾਜੀ ਆਪਾਂ ਹਨਾ, ਜੇ ਆਪਾਂ ਪੂਰੀ ਲਾਗਤ ਦੀ ਗੱਲ ਕਰ ਲਈਏ, ਜੇ ਆਪਾਂ ਤੁਸੀਂ ਆ ਹਦਵਾਣਾ ਬੀਜਿਆ ਸੀਗਾ 20 ਪ੍ਰਤੀ ਕਿਲੋ ਕਿੰਨੇ ਰੁਪਏ ਦਾ ਆਇਆ ਤੁਹਾਡਾ ਔਰ ਉਹਦੇ ਉੱਪਰ ਕਿੰਨਾ ਖਰਚਾ ਆ ਗਿਆ? 24000 ਰੁਪਏ ਕਿਲੋ ਭਾਜੀ ਬੀਜ ਆ, ਤਿੰਨ ਖੇਤਾਂ ਦਾ 24000 ਰੁਪਏ ਕਿਲੋ। ਅੱਛਾ ਜੀ ਭਾਜੀ, ਕੋਈ ਲਾਗਤ ਭਾਈ ਲਾ ਲਓ, ਇਹ ਐਡਾ ਹਦਵਾਣਾ ਹੋਣ ਨੂੰ ਕਿੰਨਾ ਟਾਈਮ ਲੱਗਦਾ? 90 ਦਿਨ ਦਾ ਪ੍ਰੋਸੀਜਰ ਆ ਭਾਜੀ, ਉਹ ਖਰਚਾ ਹੀ ਆ ਭਾਜੀ ਸਾਰਾ, ਗੋਡੀ, ਲੇਬਰ, ਖਾਦਾਂ, ਸਪਰੇਹਾਂ, ਟਰੈਕਟਰ ਦੀ ਬਾਈ, ਤੂੰ ਮੱਚਿਆ ਭਾਜੀ 90 ਦਿਨ ਲੈਂਦੀ ਆ। ਤੇ ਖਿਆਲ ਨਹੀਂ ਹੁੰਦਾ ਮਨ ਦੇ ਵਿੱਚ ਵੀ ਇੰਨੇ ਕਿੰਨੇ ਕਿੱਲਿਆਂ ਦੇ ਮਾਲਕ ਹੈਗੇ ਤੁਸੀਂ ਭਾਜੀ? ਭਾਈ ਮੈਂ ਕਿਹਾ 12 ਖੇਤ ਹੈ ਮੇਰੇ ਘਰ, 12 ਖੇਤ, ਖਿਆਲ ਨਹੀਂ ਹੁੰਦਾ ਵੀ 2-2.5 ਕਿੱਲੇ ਵੇਚ ਕੇ ਸਿੱਧਾ ਆਪਾਂ ਕਿਸੇ ਹੋਰ ਪਾਸੇ ਚਲੇ ਜਾਈਏ, ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਹੁੰਦੇ? ਨਹੀਂ ਭਾਜੀ, ਉੱਥੇ ਵੀ ਕੰਮ ਹੀ ਕਰਨਾ, ਇੱਥੇ ਵੀ ਕੰਮ ਹੀ ਕਰਨਾ ਭਾਜੀ। ਚਲੋ ਬਹੁਤ ਵਧੀਆ ਭਾਜੀ, ਥੱਲੇ ਕਰਨਾ ਇੱਥੇ ਆਪਣਾ ਕੰਮ ਭਾਜੀ, ਤੁਹਾਡੀ ਸੋਚ ਨੂੰ ਸਲੂਟ ਹੈਗਾ ਭਾਜੀ, ਤੁਸੀਂ ਜਿਹੜਾ ਆਪਣੇ ਪੰਜਾਬ ਪੰਜਾਬੀਅਤ ਨਾਲ ਪਿਆਰ ਕੀਤਾ ਹੋਇਆ ਹੈ ਨਾ, ਪੰਜਾਬ ਦੇ ਵਿੱਚ ਹੀ ਰਹਿਣਾ ਤੁਸੀਂ ਚੰਗਾ ਸਮਝਿਆ, ਬਹੁਤੇ ਘੱਟ ਲੋਕਾਂ ਦੀ ਇਹੋ ਜਿਹੀ ਮਾਨਸਿਕਤਾ ਹੁੰਦੀ ਭਾਜੀ ਹਨਾ। ਬਾਕੀ ਆ ਭਾਜੀ ਹੁਣਾਂ ਦਾ ਵੀ ਬਹੁਤ ਹਨਾ ਸਹਿਯੋਗ ਆ, ਬਹੁਤ ਸਾਰੇ ਕਿਸਾਨ ਵੀਰ ਜਿਹੜੇ ਜਿਨ੍ਹਾਂ ਨੂੰ ਸਹਿਯੋਗ ਚਾਹੀਦਾ ਉੱਥੇ ਕਿਸਾਨ ਜਥੇਬੰਦੀਆਂ ਵੀ ਆ ਕੇ ਖੜਦੀਆਂ ਨੇ। ਭਾਜੀ ਕਿਵੇਂ ਦੇਖਦੇ ਹੋ ਭਾਜੀ ਹੁਣਾਂ ਦਾ ਸੋਚਣੀ ਹੈ ਵੀ ਮੈਂ ਬਾਹਰ ਨਹੀਂ ਜਾਣਾ? ਮੁੰਡੇ ਦੀ ਸੋਚਣੀ ਆ ਛਾਵਾ ਸ਼ਾਇਦ ਜਿਹੜਾ ਆ ਕੇ ਨਾ ਇੰਨੇ ਹਿੰਮਤ, ਨਹੀਂ ਤਾਂ ਜ਼ਿਮੀਦਾਰਾਂ 'ਚ ਇਹ ਹੁੰਦੀ ਆ ਕਿ ਜ਼ਿਮੀਦਾਰ ਨੂੰ ਫਸਲ ਪੈਦਾ ਕਰਨੀ ਆਉਂਦੀ ਆ, ਆਪਾਂ ਭੰਡਾਰ ਅੰਨ ਭੰਡਾਰ ਦੇਖਦਾ, ਅੰਨ ਭੰਡਾਰ ਭਰ ਦਿੱਤਾ ਪੰਜਾਬ ਨੇ, ਪਰ ਜ਼ਿਮੀਦਾਰ ਨੂੰ ਮਾਰਕੀਟਿੰਗ ਨਹੀਂ ਕਰਨੀ ਆਉਂਦੀ, ਆਪਣੀ ਚੀਜ਼ ਵੇਚਣੀ ਨਹੀਂ ਆਉਂਦੀ। ਜੇ ਮੰਡੀ ਆਉਂਦਾ ਅਸੀਂ ਕਹਿੰਦੇ ਨੇ ਉਹਨੇ ਕਿਹਾ ਬਈ ਹਦਵਾਣੇ ਤੂੰ ਲੈ ਕੇ ਆਇਆ, ਤੂੰ ਸੁੱਟਿਆ ਮੰਡੀ, ਸੁੱਟਿਆ ਇਹ ਸ਼ਬਦ ਵਰਤਦੇ ਹਾਂ ਕਿ ਅਸੀਂ ਸੁੱਟ ਕੇ ਆਈਦਾ, ਅਸੀਂ ਕਮਾ ਕੇ ਨਹੀਂ ਆਈਦਾ। ਪਰ ਇਹ ਮੁੰਡੇ ਦੇ ਸ਼ਾਬਾ ਜਾ ਕੇ 4 ਰੁਪਈਏ ਨੂੰ ਮੁੱਲ ਮਿਲਦਾ, 4 ਰੁਪਈਏ 5 ਰੁਪਏ ਦੀ ਤੜਾਈ ਆ ਕਿਲੋ ਦੀ, ਇਹਦੇ ਪੱਲੇ ਨਹੀਂ ਕੁਛ ਪੈਂਦਾ ਇੰਨੇ ਵਾਹੁਣ ਦੇ ਨਾਲੋਂ। ਇੰਨੇ ਮੁੰਡੇ ਨੇ ਹਿੰਮਤ ਕੀਤੀ ਇਹ ਚੱਕ ਕੇ ਲਿਆ ਕੇ ਆਪ ਲੋਕਾਂ ਨੂੰ, ਸਿੱਧੀ ਇਹ 8 ਰੁਪਈਏ ਦੇ ਰਿਹਾ, ਜਦਕਿ ਰੇਹੜੀਆਂ ਵਾਲੇ ਉਹ ਹੀ ਭਾਜੀ 15 ਰੁਪਏ 20 ਰੁਪਏ 25 ਰੁਪਏ ਤੱਕ ਕਢਵਾਣਾ ਸਾਰੀਆਂ ਚੀਜ਼ਾਂ ਵੇਚਦੇ ਆ, ਜਦ ਲੋਕਾਂ ਨੂੰ 30 ਰੁਪਏ ਦਿੰਦੇ ਆ। ਅੱਛਾ ਜੀ, ਤੇ ਭਾਜੀ ਤੇ ਬਾਕੀ ਜਿਹੜਾ ਇਹ ਗੱਲਾਂ ਮੁੰਡਾ ਇਹਨੇ ਹਿੰਮਤ ਕੀਤੀ ਆ, ਇਹ ਮੁੰਡੇ ਇੱਦਾਂ ਦੇ ਆ ਵੀ ਅਸੀਂ ਪੰਜਾਬ ਲਈ ਕਰੀਏ, ਇਹ ਕਿਸਾਨੀ ਲਈ ਖੜੇ ਆ, ਇਹ ਸਾਰੇ ਜਿੱਥੇ ਕੋਈ ਲੇੜਾ ਆ ਕਰੋਨਾ ਦੇ ਵਿੱਚ ਆ, ਹਰ ਥਾਂ ਸੇਵਾ ਲਈ ਇਹ ਸਰਾਏਖਾਸ ਪਿੰਡ ਆ ਜੀ, ਸਾਡੇ ਇੱਥੇ ਕਿਸਾਨ ਮੋਰਚਾ ਅਸੀਂ 440 ਦਿਨ ਇੱਥੇ 400 ਦਿਨ ਕੱਢਦੇ ਰਹੇ ਹਾਂ, ਅਸੀਂ ਇੱਥੇ ਇੱਥੇ ਵਿਧੀਪੁਰ, ਸਾਡਾ ਵਿਧੀਪੁਰ ਮੋਰਚਾ ਹੁੰਦਾ ਸੀ ਦਿੱਲੀ ਮੋਰਚੇ ਦੀ ਸਪੋਰਟ ਦੇ ਵਿੱਚ, ਇਹ ਪਿੰਡ ਨੇ ਪਾਣੀ ਦਾ ਸੇਵਾ ਸਾਨੂੰ, ਲੰਗਰਾਂ ਦੀ ਸੇਵਾ ਇਹ ਮੁੰਡਿਆਂ ਨੇ, ਇਹ ਸਾਰੇ ਲੋਕਾਂ ਲਈ। ਹਾਂਜੀ, ਮੈਨੂੰ ਵੀ ਭਾਈ 5 ਸਾਲ ਹੋ ਗਿਆ ਸਾਈਕਲ ਫੈਕਟਰੀ ਕੰਮ ਕਰਦੇ, ਅਸੀਂ ਖੁਦ ਖਾ ਕੇ ਆਉਂਦੇ ਰਹੇ ਆ, ਦੋਸਤੋ ਜਿੰਨੇ ਪ੍ਰਵਾਸੀ ਭਰਾ ਹੈਗੇ ਨੇ ਉਹ 30 ਰੁਪਏ ਪ੍ਰਤੀ ਕਿਲੋ ਜਿਹੜਾ ਹਦਵਾਣਾ ਤੁਸੀਂ ਦੇਖ ਸਕਦੇ ਹੋ, ਇਸ ਵੇਲੇ ਰਸ਼ ਪਿਆ ਹੋਇਆ ਆਪਣਾ ਪੰਜਾਬੀ ਭਰਾ ਵੇਚ ਰਿਹਾ 30 ਰੁਪਏ ਪ੍ਰਤੀ ਕਿਲੋ, ਤਾਂ ਆਪਣਾ ਪੰਜਾਬੀ ਭਰਾ ਹੈਗਾ ਆ। ਬਾਈ ਜੀ ਤੁਸੀਂ ਆਪਣਾ ਰੇਟ ਦੱਸੋ। ਭਾਜੀ ਪਹਿਲਾਂ 10 ਰੁਪਏ ਕਿਲੋ ਵੇਚ ਦੇਈਦਾ, ਜਦੋਂ ਮਤਲਬ ਥੋੜਾ ਮਾਲ ਰਹਿ ਗਿਆ ਫਿਰ 8 ਰੁਪਏ ਕੱਢ ਦੇਈਦਾ ਭਾਜੀ। ਅੱਛਾ, ਜਾਂਦੇ ਜਾਂਦੇ ਮਤਲਬ ਰੇਟ ਘਟਾ ਦੇਈਦਾ ਭਾਜੀ? ਅੱਛਾ ਜੀ, ਹਾਂਜੀ। ਅੱਛਾ, ਇੰਨੇ ਕੁ ਬਣ ਜਾਣਾ ਹੁੰਦਾ? ਇੰਨੇ ਜੀ ਵੀ ਭਾਜੀ ਬਹੁਤ ਖੁਸ਼ ਹਾਂ ਭਾਜੀ, ਜੀ ਬਹੁਤ ਖੁਸ਼ ਹਾਂ। ਬਹੁਤ ਵਧੀਆ ਭਾਜੀ, ਤੁਹਾਡੀ ਸੋਚ ਨੂੰ ਸਲੂਟ ਆ ਹਨਾ। ਮਿਹਨਤ ਕਰਦਾ, ਬਾਕੀ ਸਿਸਟਮ ਇਦਾਂ ਜੀ, ਗੱਲ ਪ੍ਰੋਬਲਮ ਕੀ ਆ ਮੇਨ, ਜ਼ਿਮੀਦਾਰ ਫਸਲ ਕਰਦਾ, ਜ਼ਿਮੀਦਾਰ ਨੂੰ ਮੁੱਲ ਨਹੀਂ ਮਿਲ ਪਾਉਂਦਾ ਹਨਾ, ਜ਼ਿਮੀਦਾਰ ਜੇ ਇਹ ਕੰਮ ਕਰਦਾ ਤੇ ਜ਼ਿਮੀਦਾਰ ਨੂੰ ਮੁਸ਼ਕਲ ਆਉਂਦੀ, ਕਦੀ ਮੰਡੀ ਰੋਕਦੇ ਆ ਪ੍ਰਵਾਸੀ, ਕਦੀ ਕੁਛ ਹਨਾ। ਬਾਕੀ ਪ੍ਰੋਬਲਮ ਇਹ ਆ, ਜੇ ਅਸੀਂ ਨਾ ਕਣਕ ਝੋਨਾ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ ਲੋਕ, ਕਿ ਜ਼ਿਮੀਦਾਰ ਮੋਟਰਾਂ ਛੱਡ ਦਿੰਦੇ ਆ, ਜ਼ਿਮੀਦਾਰ ਜਿਹੜਾ ਕਣਕ ਝੋਨਾ ਲਾਉਂਦੇ ਆ ਉੱਤੇ ਪਾਣੀ ਜ਼ਿਆਦਾ ਲੱਗਦਾ, ਸਾਨੂੰ ਕੋਈ ਬਦਲ ਕੇ ਫਸਲ ਹੀ ਨਹੀਂ ਦਿੰਦੇ। ਜੇ ਅਸੀਂ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲ ਕੇ ਸਬਜ਼ੀਆਂ ਇਹ ਲਾਉਣ ਦੀ ਕੋਸ਼ਿਸ਼ ਕੋਈ ਕਰਦਾ ਜ਼ਿਮੀਦਾਰ, ਉਹਨੂੰ ਮੁੱਲ ਨਹੀਂ ਮਿਲ ਪਾਉਂਦਾ, ਫਿਰ ਉਹਦਾ ਤਾਂ ਪਰੇਸ਼ਾਨੀ ਉਹਨੂੰ ਹੁੰਦੀ ਆ। ਦੋਸਤੋ ਜਿੰਨੇ ਵੀ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ, ਜੇ ਆ ਭਾਜੀ ਹੁਣਾਂ ਦਾ ਸਰਾਏ ਖਾਸ ਪਿੰਡ ਤੋਂ ਭਾਜੀ ਹੁਣੇ ਹੈਗੇ ਆ, ਖੁਦ ਖੇਤੀ ਕਰਕੇ ਹੱਥੀ ਫਸਲ ਬੀਜ ਕੇ ਇਹ ਮੰਡੀਕਰਨ ਕਰਨ ਆਉਂਦੇ ਇੱਥੇ ਫੋਕਲ ਪੁਆਇੰਟ ਦੇ ਕੋਲ ਜਿਹੜੀ ਮੰਡੀ ਲੱਗਦੀ ਹੈ ਸਬਜ਼ੀ ਮੰਡੀ, ਇੱਥੇ ਜ਼ਰੂਰ ਮੈਂ ਕਹਿੰਦਾ ਭਾਜੀ ਹੁਣਾਂ ਦਾ ਹੌਸਲਾ ਜ਼ਰੂਰ ਵਧਾਉਣ ਪਹੁੰਚਣ, ਕਿਉਂਕਿ ਪ੍ਰਵਾਸੀ ਮਜ਼ਦੂਰਾਂ ਨੇ ਜਿਹੜਾ ਆ ਕੇ ਇਹਨਾਂ 'ਤੇ ਹੱਲਾ ਬੋਲਿਆ ਸੀਗਾ, ਧਮਕੀਆਂ ਵੀ ਦਿੱਤੀਆਂ ਸੀਗੀਆਂ, ਤਾਂ ਕਰਕੇ ਇਹਨਾਂ ਨੇ ਇਹ ਜਿਹੜੀ ਗੱਲ ਆ
जग जाहिर करनी चाहिए चाहिए तो हर किसी को वीडियो पहुँचनी भी चाहिए है क्योंकि बहुते लोग कहते हैं कि प्रवासी बेचारे ने बहुत सारे लोग तरस खा लेंगे ने तो आ भाजी हुणा देख लो भाजी हुणा ने ना तो उन्होंने उन्नी इक्की कही ना उच्ची आवाज कोई गलबात की फिर भी जेडे प्रवासियों ने आके इन्हों धमकी देती कि केंद्र इतों चले जाओ नहीं तो तुहाडी ट्राली फूक देवांगे तुहाडी ट्राली इत्थे दिखनी नहीं तो भाजी हुणा की सोच में भी सल्यूट हैगा है जेडे भाजी है ना इदा पंजाब दे विच ही रह के है ना काम करना चाहते हैं जब पंजाब दे विच रह के पंजाबीयत दे नाल जुड़ना चाहते हैं ना भाजी हुणा ने भी सल्यूट है खास तौर पर जेडे किसान आगू आ ये मोढ़े नाल मोढ़ा जोड़ के भाजी हुणा दे नाल खड़े आ भाजी अमरजीत सिंह जी हैगे है ना ये खड़े हैगे आ तां बहुत सारा माण महसूस हुंदा है नौजवानों भी जिहड़े पंजाब दे विच रह के काम करना चाहते ने होर भाई जी की कहोगे जिहड़ा अज तुसीं इत्थे एकत्रता कीती आ इधर प्रवासी भरा भी अपने सारे आले दुआले खड़े हो गए ने है ना ये सारे देख रहे ने भी आखिरकार इत्थे होया की आ पर भाजी हुणा ने जग जाहिर करनी चाहिए गलबात होर भाजी की कहना चाहोगे तुसीं जिहड़ा अपने जिहड़े नौजवान विदेशों का रुख कर रहे ने होर भी प्रवासी हैगे कहिंदे बहुते गलत भी नहीं हुंदे बहुते चंगे भी नहीं हुंदे आ प्रवासी हैगे भाजी की मैं भी किसान हूँ की कहोगे तुसी मैं ये कह रहा हूँ कोई भी हम किसान है हमने फसल पैदा करते हैं हमको हक मिलना चाहिए हम कहीं भी बेच सकते हैं हम भी किसान है पर कई जड़े हैं ना का मैं किसान हूँ मैं आंदोलन में भी था और मैं कहीं भी बेच सकता हूँ अपना फसल हमको रोक नहीं होना चाहिए कोई भी मजदूरदार आता है वो भी कमा खा सकता है हक उसकी भी बनती है हमारी भी बनती है शरारती आंसर होते हैं सख्त से सख्त उनको मतलब सजा दिया जाए उस पे जो भी कार्रवाई उठाए दो भाईचारे भाईचारा के बीच सभी कोई रल मिलकर कमा खा सकते हैं हम भी यूपी का मजदूर मतलब किसान भी हूँ मजदूरदार भी हूँ इतना बड़ा किसान भी नहीं हूँ इतना बड़ा मजदूरदार भी नहीं हूँ मैं रोजी रोटी कमाता खाता हूँ अपने दम से मैं कोई सरकार के कोई भी पहलू नहीं रहता हूँ मैं भी एक किसान हूँ की नाम की है तुम्हारा भाई सुनील यादव मेरा नाम है सुनील जी एक मेरा सवाल है का रहने वाला हूँ मेरे पास भी जमीन है मैं भी किसान हूँ मेरे पास ट्रैक्टर ट्राली सब कुछ प्रबंध दे रखा मैं यहाँ बर्तन का काम करता हूँ सुनील जी एक मेरा सवाल है बहुते कहते शरारती आंसर होंगे हरेक भाईचारे भाईचारे के बीच सभी कोई रल मिलकर रहने हैं पंजाबी हमारे इलाके में भी हैं मैं पंजाब में भी हूँ मैं मेरा हक बनता मेरी पंजाब भी अपने भारत की धरती है और यूपी भी एक भारत की धरती है सब जगह सभी कोई मिलकर रह सकते हैं भाईचारा बना के मैं यही बोलना चाहता हूँ किसी भी भाई हो अपना हिम्मत से बना के हिम्मत हौसला जोड़ के भाई के पास साथ में कंधा जोड़ के रह सकते हो कहीं भी रहो बहुत बंदे घटे आए गल समझते कल तुम ना प्रवासी बंदे बिहारी थी यूपी वाले वो सारे इनको भगा रहे थे कल इनको भगा रहे थे के भाग जाओ यहाँ बेचने नहीं देंगे सबको गलत इस्तेमाल कर रहा है हमारी कोई भी भाई मजदूरदार आदमी मेरे भाई है सभी को जेड़े है ना नौजवान विदेशों का रुख कर रहे ने जेड़े विदेशों का रुख कर रहे ने मान लो अपना रंगला पंजाब छड़ के बाहर मजदूरियां करते ने अजिहे काम भी करते ने जेड़े है ना इत्थे ना करन योग हुंदे आ उन्हां नूं की कहना चाहोगे भाजी बिलकुल अपने ना आपां पंजाब नूं अपना पहली गल आ आपां अपना आधार कार्ड ही देख लो आपां पढ़दे आं स्कूले अपने बापू दा नाम आउंदा सब तो पहलो अपने बापू दे नाम तो नाल आउंदा अपने पिंड दा नाम पिंड दे नाम तो आउंदा फिर अपने जिले दा नाम फिर आउंदा नाल अपने पंजाब दा नाम अपने नाल जुड़िया होया आपां इह मिट्टी च पैदा होए आ अपने फर्ज आ अपने पिंड लई भी अपने घर लई भी जिद्दां आपां करदे आ सारी उम्र घर लई ला दिंदे आ अपने पंजाब लई पिंडां लई भी अपने ते अपनी जिम्मेवारी अपने पंजाब लई भी आ ते बाकी नौजवान जिहड़े बाहर नूं जांदे आ मजबूरियां जी इत्थे सिस्टम इदां दा हो गया कि अक के मेरे मित्र आ उह बहुत इह कहिंदे भी आपां प्लस टू करवाउणी आ प्लस टू करा के आईलैट्स करा के बच्चां नूं बाहर भेज देणा इत्थे सिस्टम भाजी नशा इत्थे इन्ना आ ना गली गली नशा विक रिहा जे कोई मेरे वर्गा आवाज़ उठाउंदा कि नशा बंदा बेचदा इहनू कोई थाने जाने जां किसी नूं कहिंदे आ भाजी पुलिस तां कारवाई तां की करनी आ उह नशे वाले आ के हमले करदे आ ਸਾਡੇ ਤੇ ਅਸੀਂ 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 ਪਰੇਸ਼ਾਨ ਆ ਸਾਡੇ ਇੱਥੇ ਪਿੰਡ ਦਿਆਲਪੁਰ ਆ ਜੀ ਸਾਡੇ ਸਰਪੰਚ ਸਾਹਿਬ ਇੱਕ ਗੁਰੂ ਦੇ ਸਿੱਖ ਆ ਉਹ ਨਿਹੰਗ ਸਿੰਘ ਆ ਦਿਆਲਪੁਰ ਵਾਲੇ ਹਰਜਿੰਦਰ ਸਿੰਘ ਰਾਜਾ ਜੀ ਉਹਨਾਂ ਦੇ ਲਾਗੇ ਨਸ਼ਾ ਵਿਕਦਾ ਸੀ ਕਪੂਰਥਲਾ ਜ਼ਿਲ੍ਹਾ ਪੈਂਦਾ ਆ ਉਹ ਦੋ ਪਿੰਡ ਇੱਕ ਪਿੰਡ ਦੋ ਜ਼ਿਲ੍ਹੇ ਪਿੰਡ ਦੋ ਜ਼ਿਲ੍ਹੇ ਪੈਂਦਾ ਉਹਨਾਂ ਦੇ ਪਿੰਡ ਦੇ ਬੱਚੇ ਬਹੁਤ ਸਿੱਗੇ ਨਸ਼ਾ ਕਰਦੇ ਹੋਰ ਵੀ ਨਸ਼ਿਆਂ ਵਾਲਿਆਂ ਨੂੰ ਭਾਜੀ ਉੱਥੇ ਪੁਲਿਸ ਵਾਲੇ ਚਲੇ ਗਏ ਪੁਲਿਸ ਵਾਲਿਆਂ ਨੂੰ ਅਗਵਾਹ ਕਰ ਲਿਆ ਪਿੰਡ ਉਹ ਲੋਕਾਂ ਨੇ ਕਿ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਣਾ ਤੁਸੀਂ ਸਾਡੇ ਤੋਂ ਫੜਨਾ ਆ ਉਹ ਰਾਜਾ ਉਹਨਾਂ ਨੂੰ ਜਦੋਂ ਪਤਾ ਲੱਗਾ ਨੌਜਵਾਨ ਉਹ ਹੈਲਥ ਕਲੱਬ ਵਾਲੇ ਆ ਉਹਨਾਂ ਕੋਲ ਉਹਨਾਂ ਦਾ ਕਬੱਡੀ ਕਲੱਬ ਆ ਉਹ ਮੁੰਡੇ ਸਾਰੇ ਇਕੱਠੇ ਹੋ ਕੇ ਸਾਰੇ ਇਲਾਕੇ ਉਹਨਾਂ ਨੂੰ ਪੁਲਿਸ ਵਾਲੇ ਨੇ ਚੜਵਾ ਕੇ ਲੈ ਕੇ ਆਏ ਕਿ ਆਹ ਹਾਲਾਤ ਆ ਜੀ ਤੇ ਜੇ ਕੋਈ ਇੱਥੇ ਹਮਲਾ ਕਰਦਾ ਆ ਜੇ ਕੋਈ ਰੋਕਦਾ ਉਹਨਾਂ ਨੂੰ ਤੇ ਉੱਥੇ ਕਰਦੇ ਤੇ ਬਾਕੀ ਜਿਹੜਾ ਇੱਥੇ ਸਿਸਟਮ ਇਹ ਆ ਕੇ
ਆਪਣੀ ਜੋ ਮਿੱਟੀ ਆ ਆਪਾਂ ਉਹਦੇ ਲਈ ਕੰਮ ਕਰੀਏ। ਇਦਾਂ ਦੇ ਨੌਜਵਾਨ ਜਿਹੜੇ ਆ ਬਿਲਕੁਲ ਜਿਹੜੇ ਆ ਭਾਜੀ ਹੁਣੇ ਹੈਗੇ ਹੈ ਨਾ, ਇੱਕ ਵਾਰ ਮੈਂ ਭਾਜੀ ਹੁਣਾਂ ਨੂੰ ਭਾਜੀ ਦਿਲੋਂ ਸਲੂਟ ਆ ਤੁਹਾਨੂੰ ਵੀ ਹੈ ਨਾ। ਜਿਹੜੇ ਨੌਜਵਾਨ ਇੱਥੇ ਰਹਿ ਕੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ, ਮਾਨਸਿਕਤਾ ਜਿਹਨਾਂ ਦੀ ਬਣੀ ਹੋਈ ਆ ਕਿ ਵੇ ਭਾਈ ਜੋ ਮਰਜ਼ੀ ਹੋ ਜਾਵੇ ਅਸੀਂ ਆਪਣਾ ਰੰਗਲਾ ਪੰਜਾਬ ਨਹੀਂ ਛੱਡਣਾ। ਭਾਜੀ ਤਰੀਕੇ ਨਾਲ ਕੰਮ ਕਰੋ, ਇੱਥੇ ਅਮਰੀਕਾ ਆ, ਜਿਹਨੂੰ ਆਇਆ ਤਰੀਕਾ ਤਾਂ ਉਹਦਾ ਇੱਥੇ ਅਮਰੀਕਾ ਹੈ ਨਾ। ਬਿਲਕੁਲ ਇਹ ਸੋਚ ਬਹੁਤ ਘੱਟ ਭਾਜੀ, ਬਹੁਤ ਘੱਟ ਬੰਦਿਆਂ ਦੀ ਇੱਦਾਂ ਦੀ ਸੋਚ ਮਿਲਦੀ ਹੈ ਨਾ ਦੇਖਣ ਨੂੰ। ਗਾਂ ਬੰਧੂ ਕਿਸਾਨ ਆ ਸਾਡੇ, ਇੱਥੋਂ ਆਉਂਦੇ ਉਹ ਗੁੜ ਕੱਢ ਕੇ ਉਹ ਆਪਣਾ ਪੈਕ ਕਰਕੇ ਮੁੰਡੇ ਵੇਚਦੇ ਆ। ਨਵੇਂ ਕਿਸਾਨ ਆ ਜੀ ਗਾਂ ਬੰਧੂ, ਜਿੱਦਾਂ ਆਹ ਚੜ੍ਹ ਕੇ ਪਿੰਡ ਤੋਂ ਆ ਅਤੇ ਅਮਰਜੀਤ ਸਿੰਘ ਭੰਗੂ ਹੋਣੀ ਉਹ ਕਹਿ ਸਾਡੇ ਬਾਜਵਾ ਸਾਹਿਬ ਆ ਗੁਰਦਾਸਪੁਰ ਤੋਂ, ਉਹ ਸਾਰੇ ਹਲਦੀ ਬੀਜਦੇ ਆ ਕੋਈ ਕੁਛ ਉਹ ਤਰੀਕੇ ਨਾਲ। ਇਹ ਮੁੰਡਿਆਂ ਦੀ ਨਵੀਂ ਸੋਚ ਆ, ਉਹ ਕੰਮ ਕਰਨਾ ਚਾਹੁੰਦੇ ਆ, ਪਰ ਗੌਰਮੈਂਟ ਵੀ ਸਾਨੂੰ ਸਾਡਾ ਦੇਖੇ, ਕਿਸਾਨਾਂ ਨੂੰ ਸਾਨੂੰ ਮੌਕਾ ਦੇਵੇ ਅਤੇ ਇਹ ਮੁੰਡਿਆਂ ਨੌਜਵਾਨਾਂ ਨੂੰ ਦੇਖੇ ਕਿ ਇਹਨਾਂ ਨੂੰ ਸਿਸਟਮ, ਇੱਥੇ ਸਿਸਟਮ 'ਚ ਰਹਿ ਕੇ ਇਹ ਕੰਮ ਕਰਨ। ਇਹ ਜਿਹੜੇ ਪਿੰਡ ਛੱਡ ਕੇ ਆਪਣਾ ਘਰ ਛੱਡ ਕੇ ਬਾਹਰ ਨਹੀਂ ਜਾਣ ਨੂੰ ਤਿਆਰ। ਸਬਜ਼ੀ ਜ਼ਰੂਰ ਦਿਖਾ ਦਿਓ ਆਪਣੇ ਕੋਲ ਕਿਹੜੀ ਕਿਹੜੀ ਹੈਗੀ ਆ ਭਾਜੀ। ਜਿਹੜੇ ਤੁਹਾਡੀ ਉਮਰ ਦੇ ਜਿਹੜੇ ਨੌਜਵਾਨ ਭਰਾ ਆਪਾਂ ਨੂੰ ਦੇਖ ਰਹੇ ਹੈ ਨਾ, ਮਾਂ ਪਿਓ ਦੇ ਗਲ ਦੇ ਵਿੱਚ ਅੰਗੂਠਾ ਦਿੱਤਾ ਮੈਨੂੰ, ਜਿਵੇਂ ਮਰਜ਼ੀ ਕਿੱਲਾ ਵਿੱਚ, ਦੋ ਕਿੱਲੇ ਵਿੱਚ ਵੀ ਮੈਨੂੰ ਭਾਈ ਬਾਹਰ ਭੇਜ ਦੇ ਜਿਵੇਂ ਮਰਜ਼ੀ, ਉਹਨਾਂ ਭਰਾਵਾਂ ਨੂੰ ਤੁਸੀਂ ਕੀ ਕਹੋਗੇ? ਭਾਈ ਜਿਹੜਾ ਉੱਥੇ 25 ਲੱਖ ਲਾ ਕੇ ਜਾਂਦੇ ਆ, ਪਹਿਲਾਂ ਤਾਂ ਸਾਰੀ ਜ਼ਿੰਦਗੀ ਉਹ 25 ਲੱਖ ਹੀ ਪੂਰਾ ਕਰਦੇ ਰਹਿੰਦੇ ਆ ਅਤੇ ਉਹ 25 ਲੱਖ ਜੋ ਥੋੜ੍ਹੇ ਵੀ ਇੱਥੇ ਲਾ ਲੈਣ ਨਾ ਇੱਦਾਂ ਅਤੇ ਭਾਜੀ ਨਜ਼ਾਰੇ ਹੀ ਆ। ਭਾਈ ਆਪਣਾ ਕੰਟੈਕਟ ਨੰਬਰ ਜ਼ਰੂਰ ਦੇ ਦਿਓ, ਤੁਹਾਨੂੰ ਬਹੁਤ ਬੰਦਿਆਂ ਨੇ ਕਾਲਸ ਵੀ ਕਰਨੀਆਂ ਤੁਹਾਡਾ ਹੌਸਲਾ ਅਫਜ਼ਾਈ ਕਰਨ ਲਈ ਹੈ ਨਾ। ਜਿਹੜੇ ਵੀਰ ਭਰਾ ਦੇਖਦੇ ਨੇ ਉਹਨਾਂ ਨੂੰ ਆਪਣਾ ਸੰਪਰਕ ਨੰਬਰ ਜ਼ਰੂਰ ਦੇ ਦਿਓ ਤਾਂ ਜੋ ਜਿਹੜੇ ਹੈ ਨਾ ਨੌਜਵਾਨ ਸ਼ਰਮ ਮਹਿਸੂਸ ਕਰਦੇ ਨੇ ਘਰ ਤੋਂ ਮੰਡੀ ਤੱਕ ਜਾਣ ਦੀ, ਜਾਂ ਮੰਡੀ ਤੋਂ ਜਿਹੜਾ ਆਪ ਜਿਹੜਾ ਸੇਲ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਹੈ ਨਾ, ਉਹਨਾਂ ਤੱਕ ਸੁਨੇਹਾ ਜ਼ਰੂਰ ਪਹੁੰਚ ਜਾਵੇ ਬਾਈ ਜੀ। ਨੰਬਰ ਬਾਈ 98-77-66-26। ਇੱਕ ਵਾਰ ਰਿਪੀਟ ਕਰ ਦਿਓ, 98-77-66-26 ਜੀ। ਬਿਲਕੁਲ, ਨਾਮ ਕੀ ਬਾਈ ਜੀ ਤੁਹਾਡਾ? ਸੰਤੇਜ ਜੀ। ਸੰਤੇਜ ਭਾਜੀ ਹੈਗੇ ਆ, ਇਹਨਾਂ ਨੂੰ ਦਿਲੋਂ ਸਲੂਟ ਆ, ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਇਹ ਮੁੰਡਾ ਨੌਜਵਾਨ ਇਹ ਖੜਦੇ ਆ ਜੀ NIT ਕਾਲਜ ਦੇ ਕੋਲ, ਸੈਂਟ ਸੋਲਜਰ ਕਾਲਜ ਦੇ ਲਾਗੇ ਨਹਿਰ ਆ ਜੀ। ਨਹਿਰ ਦੇ ਕਿਨਾਰੇ 12 ਵਜੇ ਤੋਂ ਇਹ ਟਰਾਲੀ ਖੜਦੀ ਆ, ਉੱਤੋਂ ਸਬਜ਼ੀ, ਉਸ ਤੋਂ ਬਾਅਦ 5 ਵਜੇ ਇੱਥੇ ਆਉਂਦੇ ਆ ਜੀ। ਅਤੇ ਸਾਰੇ ਜਣੇ ਲੋਕਾਂ ਨੂੰ ਵੀ ਅਪੀਲ ਆ, ਜਿੱਥੇ ਕਿਤੇ ਵੀ ਤੁਹਾਡੇ ਨੇੜੇ ਪਿੰਡਾਂ 'ਚ ਤੁਸੀਂ ਜਾਂਦੇ ਆ, ਸਬਜ਼ੀ ਲੱਗੀ ਆ ਤੁਹਾਡੇ ਕਿਸੇ ਦੀ, ਉਹ ਖੇਤ ਦੇ ਵਿੱਚੋਂ ਕਿਸਾਨ ਤੋਂ ਲਓ ਜੀ। ਤੁਹਾਨੂੰ ਸਭ ਤੋਂ ਵਧੀਆ ਚੀਜ਼ ਜਿਹੜੀ ਆ ਨਾ, ਤੁਹਾਡੀ ਮਰਜ਼ੀ ਦੀ ਲਿਆ ਕੇ ਜ਼ਿਮੀਦਾਰ ਨੂੰ, ਜ਼ਿਮੀਦਾਰ ਉਹ ਦਊਗਾ, ਰੇਟ ਵੀ ਬਿਲਕੁਲ ਜਾਇਜ਼ ਦਊਗਾ, ਅਸੀਂ ਮਾਨਤਾਨ ਕਰਾਂਗੇ। ਅਸੀਂ ਤਾਂ ਇੱਦਾਂ ਦੇ ਆ, ਪਿੰਡ ਕੋਈ ਆਇਆ ਹੋਵੇ ਸਾਡੇ ਬਾਹਰੋਂ ਸ਼ਹਿਰੋਂ ਕੋਈ ਆਵੇ, ਅਸੀਂ ਮਾਨਤਾਨ ਸੇਵਾ ਕਰਦੇ ਹਾਂ, ਹੈ ਨਾ ਪੂਰੀ। 4 ਕਿਲੋ ਲੈਂਦਾ, ਘੜੋ ਘੜ 700-800 ਗ੍ਰਾਮ ਵੱਧ ਹੀ ਚੱਲ ਜਾਂਦਾ, ਉਹਦਾ ਪੈਸਾ ਨਹੀਂ ਲਈਦਾ। ਮਤਲਬ ਐਂ ਨਾ ਸੁਨਿਆਰ ਵਾਂਗੂ ਸੋਨਾ ਨਹੀਂ ਤੋਲਦੇ, ਨਹੀਂ 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 ਭਾਈ, ਅਸੀਂ ਕੰਮ ਹੀ ਨਹੀਂ ਲਾ ਲੈਣਾ। ਅਸੀਂ ਮਾਣ ਕਰਦੇ ਹਾਂ ਇਹਦਾ ਵੀ, ਸਾਡੇ ਕੋਲ ਚੱਲ ਕੇ ਆਇਆ ਬੰਦਾ ਵੀ ਖੁਸ਼ ਰਹੇ, ਬਾਕੀ ਕੋਈ ਵੀ ਜ਼ਿਮੀਦਾਰ ਕਰਦਾ ਉਹਨੂੰ ਉਹਦੀ ਮਾਣ ਕਰੋ ਜੀ, ਉਹਨਾਂ ਦੇ ਖੇਤਾਂ ਦੇ ਵਿੱਚੋਂ ਸਬਜ਼ੀ ਲੈ ਲਓ। ਤੇ ਬਾਕੀ ਸਾਨੂੰ ਵੀ ਇਹੋ ਹੀ ਆ, ਇੱਥੇ ਅਸੀਂ ਇਸੇ ਲਈ ਆਏ ਹਾਂ ਕਿ ਸਾਨੂੰ ਕੰਮ ਕਰਦੇ ਮੁੰਡੇ ਇਹਨਾਂ ਨੂੰ ਕਰਨ ਦਿਓ। ਬਾਕੀ ਪ੍ਰਵਾਸੀ ਭਰਾ ਵੀ ਸਾਡੇ ਭਰਾ ਹੀ ਆ, ਉਹ ਵੀ ਮਿਹਨਤ ਕਰਦੇ ਆ ਕਰਨ, ਤੇ ਇਹ ਮੁੰਡੇ ਮਿਹਨਤ ਕਰਦੇ ਇਹਨਾਂ ਨੂੰ ਇਹਨਾਂ ਨੂੰ ਬਿਲਕੁਲ, ਤੇ ਸਾਰਾ ਕੁਝ ਠੀਕ ਆ, ਤੁਸੀਂ ਸੁਣਿਆ ਸਾਰਾ ਕੁਝ। ਤੇ ਬਾਕੀ ਸਾਰੇ ਜਣੇ ਇਹ ਇਦਾਂ ਦੇ ਮੁੰਡਿਆਂ ਦਾ ਹੌਸਲਾ ਵਧਾਓ। ਬਹੁਤ ਬਹੁਤ ਧੰਨਵਾਦ ਬਾਈ ਜੀ, ਕਰਦਾ ਕੋਈ ਮਿਹਨਤ ਛੋਟੇ ਤੋਂ ਛੋਟਾ ਕੰਮ ਕਰਦਾ, ਸਾਰਿਆਂ ਦਾ ਆਪਣਾ ਪੰਜਾਬੀ ਭਰਾ, ਪੰਜਾਬੀ ਭਰਾਵਾਂ ਦਾ ਸਾਥ। ਬਹੁਤ ਬਹੁਤ ਧੰਨਵਾਦ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਭਾਈ ਜੀ ਤੁਹਾਡਾ। ਸੋ ਦਰਸ਼ਕੋ, ਜਿਹੜੇ ਵੀਰ ਭਰਾ ਦੇਖ ਰਹੇ ਨੇ ਨਾ ਇਸ ਵੀਡੀਓ ਨੂੰ, ਜੇ ਭਾਜੀ ਹੁਣਾਂ ਨੂੰ ਮਿਲਣਾ ਹੈ ਨਾ ਕਿਸੇ ਨੇ, ਆਹ ਹੈਗਾ ਫਲਾਈਓਵਰ ਜਾਂਦਾ ਟਰਾਂਸਪੋਰਟ ਨਗਰ ਤੋਂ ਜਲੰਧਰ ਵਾਲੀ ਸਾਈਡ ਨੂੰ ਜਾ ਰਿਹਾ। ਜੇ ਮਕਸੂਦਾਂ ਦੀ ਗੱਲ ਕਰ ਲਈਏ, ਮਕਸੂਦਾਂ ਤੋਂ ਜਲੰਧਰ ਵਾਲੀ ਸਾਈਡ ਜਾਂਦੇ ਆ, ਖੱਬੇ ਪਾਸੇ ਭਾਜੀ ਹੁਣੀ ਮੈਸੀ ਟਰੈਕਟਰ ਦੇ ਨਾਲ ਛੋਟੀ ਜਿਹੀ ਟਰਾਲੀ ਪਾ ਕੇ ਜਿਹੜਾ ਆਪਣੀ ਫਸਲ ਵੇਚਣ ਇੱਥੇ ਆਉਂਦੇ ਨੇ, ਤਾਂ ਭਾਜੀ ਹੁਣਾਂ ਦਾ ਹੌਸਲਾ ਵਧਾਉਣ ਜ਼ਰੂਰ ਪਹੁੰਚਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।